ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम श्रोतांना फिर ਤੋਂ स्वागत है जी इस वक्त तो ही साडे नाल ਬਠਿੰਡਾ स्टूडिओ ਤੋਂ ਜੁੜੇ ਹੋਏ ਪ੍ਰੋਗਰਾਮ ਸ਼ਮਾਦਾਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੋਡੇ ਤੱਕ ਪੂਜੇ ਦਾ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਨੂੰ ਜਿਹੜੇ ਵੀ ਫੋਨ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਤੇ ਸੁਣ ਰਹੇ ਨੇ ਉਨਰ ਨੂੰ ਪਿਆਰ ਭਰੀ ਗੁਜ਼ਾਰਿਸ਼ ਕਿ ਇਸ ਪ੍ਰੋਗਰਾਮ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋ ਮੈਂ ਨਿਉਤਾ ਦਿੰਦਾ ਹਾਂ ਤੁਹਾਨੂੰ ਨਿਉਤਾ ਦਿੰਦਾ ਕਿ ਤੁਸੀਂ ਆਪਾਂ ਕੋਈ WhatsApp ਗਰੁੱਪ ਬਣਾਈਏ ਜਿਹਦੇ ਨਾਲ ਆਪਾਂ ਵੱਧ ਤੋਂ ਵੱਧ ਇਸ ਗਰੁੱਪ ਪ੍ਰੋਗਰਾਮ ਨੂੰ ਅੱਗੇ ਪਹੁੰਚਦਾ ਕਰ ਸਕੀਏ ਲੇਕਰ ਤੁਸੀਂ ਵੀ ਆਪ ਦੇ ਕਿਸੇ ਬਿਜ਼ਨਸ ਸਦਾਰੇ ਦੀ ਪਰਮੋਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ +919780141741 ਅਮਰੀਕਾ ਦੇ ਵਾਸ਼ਿੰਗਟਨ ਸਟੇਟ ਦੇ ਵਿੱਚ ਜੇਕਰ ਤੁਸੀਂ ਨਵੀਂ ਫਾਰਮ ਰਜਿਸਟਰਡ ਕਰਾਉਣੀ ਹੈ ਜਾਂ ਐਗਜ਼ਿਸਟਿੰਗ ਬਿਜ਼ਨਸ ਦੇ ਲਈ ਤੁਹਾਨੂੰ ਬੁੱਕ ਕੀਪਿੰਗ ਅਕਾਊਂਟਸ ਜਾਂ ਟੈਕਸਿਸ ਦੀ ਲੋੜ ਹੈ ਦੀ ਹੈਲਪ ਦੀ ਲੋੜ ਹੈ ਤਾਂ ਤੁਸੀਂ 253520886 ਦੇ ਉੱਤੇ ਐਕਿਊਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਸ਼ੈਟਲ ਦੀ ਮਸ਼ਹੂਰ ਟਰਕਿੰਗ ਕੰਪਨੀ ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ 2063544060 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ ਜਾਂ ਜਗਦੇਵ ਸੰਧੂ ਹੋਰਾਂ ਨਾਲ 2532666692 ਹੋਰ ਤੇ ਕਾਲ ਕਰ ਸਕਦੇ ਹੋ कंस्ट्रक्शन ਦਾ ਕੰਮ ਕਰਾਉਣਾ ਜਾਂ ਐਡੀਸ਼ਨ ਕਰਾਉਣੀ ਹੈ 206 941 5454 ਦੇ ਉੱਤੇ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਮ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਫ੍ਰिजਨੋ ਤੇ ਮਡੇਰਾ ਦੇ ਐਨ ਦਰਮਿਆਨ ਟੀਐਮ ਮਡੇਰਾ ਟਰੱਕ ਸਟਾਪ ਜਿਹੜਾ ਹੈ ਰੀਫਰੈਸ਼ ਟ੍ਰੈਵਲ ਪਲਾਜ਼ਾ ਖੁੱਲ ਚੁੱਕਾ ਹੈ 25 ਏਕੜ ਦੀ ਖੁੱਲੀ ਪਾਰਕਿੰਗ ਤੋਂ ਇਲਾਵਾ ਫੂਡ ਕੋਰਟ ਹੈ ਜਿੱਥੇ ਦੇਸੀ ਢਾਬਾ ਵੀ ਹੈਗਾ ਇੱਥੇ ਤੁਸੀਂ ਆਪਦਾ ਪੰਜਾਬੀ ਖਾਣਾ ਖਾ ਸਕਦੇ ਹੋ ਲੋਕੇਸ਼ਨ ਬਿਲਕੁਲ ਹਾਈਵੇ 99 ਐਗਜ਼ਿਟ 144 ਐਵੇਨਿਊ 7 ਤੇ ਹੈ ਜੀ 5599034627 ਦੇ ਉੱਤੇ ਕੰਟੀ ਮਾਰ ਕੇ ਤੁਸੀਂ ਰਬੇਟ ਵਗੈਰਾ ਜਿਹੜੀ ਵੀ ਟੱਕਰ ਵੀਰਾਂ ਨੂੰ ਮਿਲਦੀ ਆ ਫਿਊਲ ਦੇ ਉੱਤੇ ਉਹ ਤੁਸੀਂ ਗੱਲਬਾਤ ਕਰ ਸਕਦੇ ਹੋ ਰੇਡੀਓ ਪੰਜਾਬ ਟੂਰੇ ਦਾ ਹਵਾਲਾ ਜ਼ਰੂਰ ਦੇ ਦੇਣਾ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ ਤੇ ਢਿੱਲ ਸਭ ਸਸਰੀ ਕਾਂਜੀ ਸਸਰੀ ਕਾਂਜੀ ਤੇ ਸਭ ਅਕਸਰ ਬਠਿੰਡੇ ਦੀ ਸਿਆਸਤ ਜਾ ਅੰਮ੍ਰਿਤਸਰ ਦੀ ਸਿਆਸਤ ਹੁਣ ਆਪਾਂ ਤਾਂ ਬਠਿੰਡੇ ਦੀ ਕਹਾਂਗੇ ਜ਼ਿਆਦਾ ਇਹ ਅਕਾਲੀ ਸਫਾ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਇੱਥੇ ਪਿਛਲੇ ਕੁਝ ਸਮੇਂ ਦੇ ਵਿੱਚ ਭਾਵੇਂ ਅਕਾਲੀ ਦਲ ਸੀ ਤੇ ਭਾਵੇਂ ਕਾਂਗਰਸ ਸੀ ਇੱਕੋ ਪਰਿਵਾਰ ਦਾ ਦਬਦਬਾ ਬਣ ਗਿਆ ਸੀ ਹੁਣ ਉਸ ਦਬਦਬੇ ਨੂੰ ਪੁਰਾਣੇ ਟਕਸਾਲੀ ਅਕਾਲੀਆਂ ਨੇ ਕਾਂਗਰਸੀਆਂ ਨੇ ਤੋੜਿਆ ਭੰਨਿਆ ਮਨਮਰਜ਼ੀ ਜਿਹੜੀ ਸੀ ਹੋਈ ਸੀ ਉਹਨੂੰ ਨਕਾਰ ਕੇ ਨਕਾਰਿਆ ਹੈ ਬੀਬੀ ਮੇਰ ਨੂੰ ਜਿਹੜਾ ਕੁਰਸੀਆਂ ਲਾਂਬੇ ਕਰ ਦਿੰਦਾ ਹੈ ਇਹ तमाम ਸਿਆਸਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਅਸਲ ਦੇ ਵਿੱਚ ਜੇ ਆਪਾਂ ਬਠਿੰਡੇ ਦੀ ਪੋਲਿਟਿਕਸ ਨੂੰ ਦੇਖਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਪੋਲਿਟਿਕਸ ਨੂੰ ਦੇਖੀ ਤਾਂ ਮੇਰੇ ਖਿਆਲ ਮੁਤਾਬਕ ਪੰਜਾਬ ਦੀ ਜਿਹੜੀ ਕਾਂਗਰਸ ਹੈ ਜੀ ਜੇ ਨੂੰ ਥੋੜੀ ਜੀ ਖੁਦਮੁਖਤਿਆਰੀ ਹੋਵੇ ਤਾਂ ਇਹ ਕਾਂਗਰਸ ਪਾਰਟੀ ਬਹੁਤ ਵੱਡੀ ਸ਼ਕਤੀ ਬਣ ਸਕਦੀ ਹੈ ਤੇ ਪੰਜਾਬ ਦਾ ਸਭ ਤੋਂ ਵੱਡਾ ਪਰਿਵਾਰ ਹੈ ਜਿਹੜਾ ਬਾਦਲ ਪਰਿਵਾਰ ਉਹਨੂੰ ਬਹੁਤ ਵਧੀਆ ਟੱਕਰ ਦੇ ਸਕਦੀ ਹੈ ਹਮਮ ਲੇਕਿਨ ਕਾਂਗਰਸ ਹਾਈ ਕਮਾਂਡ ਜਿਹੜੀ ਹੈਗੀ ਹੈ ਕਮਾਂਡ ਕਬੂਟ ਤੱਕ ਕੋਈ ਨਹੀਂ ਨਾ ਉਹ ਹਾਈ ਹੈ ਹਾਂ ਉਹ ਇਸ ਕਿਸਮ ਦੇ ਕਈ ਫੈਸਲੇ ਲੈ ਲੈਂਦੀ ਹੈ ਜਿਹੜੇ ਫੈਸਲੇ ਕਾਂਗਰਸ ਪਾਰਟੀ ਲਈ ਹੀ ਘਾਤਕ ਸਾਬਤ ਹੁੰਦੇ ਹਨ ਹਮਮ ਮਿਸਾਲ ਦੇ ਤੌਰ ਤੇ ਆਪਾਂ ਹੁਣ ਇੱਥੇ ਗੱਲ ਕਰੀਏ ਜੀ ਕਿ ਮਨਪ੍ਰੀਤ ਸਿੰਘ ਬਾਦਲ ਜਿਸ ਵੇਲੇ ਅਕਾਲੀ ਦਲ ਚੋਂ ਬਾਹਰ ਆਇਆ ਤੇ ਉਹਨੇ ਆਪਦੀ ਇੱਕ ਨਵੀਂ ਪਾਰਟੀ ਬਣਾਈ ਪੀਪਲਜ਼ ਪਾਰਟੀ ਆਫ ਪੰਜਾਬ ਹੂੰ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਿੱਚ ਉਹਨੇ ਪਰਸਨੈਲਿਟੀਜ਼ ਵੀ ਬੜੀਆਂ ਚੰਗੀਆਂ ਲੈ ਲਈਆਂ ਜਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਉਹਨਾਂ ਦੇ ਨਾਲ ਹੁੰਦੇ ਸੀ ਹੂੰ ਹੂੰ ਕੁਝ ਅਕਾਲੀ ਦਲ ਚ ਤੇ ਕੁਝ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਐ ਜੀ ਐਸ ਵੇਲੇ ਬੈਠੇ ਉਹ ਵੀ ਉਹਨਾਂ ਦੇ ਨਾਲ ਹੁੰਦੇ ਸੀ ਜਿਹੜੇ ਚੰਗੀਆਂ ਪੋਜੀਸ਼ਨਾਂ ਤੇ ਹੂੰ ਜਦੋਂ 2012 ਦੀ ਚੋਣ ਆਉਂਦੀ ਐ 2012 ਦੀ ਚੋਣ ਵੇਲੇ ਮਨਪ੍ਰੀਤ ਸਿੰਘ ਬਾਦਲ ਨੇ ਖੱਬੀਆਂ ਪਾਰਟੀ ਦੇ ਨਾਲ ਦੋਨੋਂ ਕਮਨਸ ਪਾਰਟੀਆਂ ਨਾਲ ਜੀ ਔਰ ਕੁਝ ਜਿਹੜੇ ਸਪਲਿੰਟਰ ਗਰੁੱਪ ਐ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੇ ਚੋਣ ਲੜੀ ਹੂੰ ਹੂੰ ਉਤੋਂ ਪਹਿਲਾਂ ਉਹਨਾਂ ਨੇ ਇੱਕ ਬਹੁਤ ਵੱਡਾ ਕੱਟ ਕੀਤਾ ਸੀ ਖਟਕਟਕਲਾ ਜੀ ਜਿਹਦੇ ਵਿੱਚ ਭਗਵੰਤ ਮਾਨਹੂਰੀ ਵੀ ਸੀ ਜਿੱਥੇ ਇਨਕਲਾਬ ਦਾ ਨਾਅਰਾ ਦਿੱਤਾ ਸੀ ਹੂੰ ਹੂੰ ਕਿ ਇਨਕਲਾਬ ਲੈ ਕੇ ਆਵਾਂਗੇ ਜੀ ਕੱਠ ਬਹੁਤ ਵੱਡਾ ਹੋ ਗਿਆ ਸੀ ਦੇਖਣ ਵਾਲਿਆਂ ਨੂੰ ਇਹ ਲੱਗਦੀ ਸੀ ਕਿ ਬਹੁਤ ਪਾਵਰਫੁਲ ਹੋ ਗਿਆ ਜੀ ਇਹ ਪਾਰਟੀ ਤਾਂ ਫੱਟੇ ਚੱਕ ਦੇ ਹੂੰ ਹੂੰ ਲੈਕਿਨ ਉਹ ਜ਼ਮੀਨੀ ਹਕੀਕਤਾਂ ਨੂੰ ਨਹੀਂ ਸੀ ਜਾਣਦੇ ਜੀ ਚੋਣਾਂ ਹੋਈਆਂ ਚੋਣਾਂ ਦੇ ਵਿੱਚ ਜਿਹੜੀ ਹੈਗੀ ਐ 7% ਦੇ ਲਗਭਗ ਵੋਟਾਂ ਇਹਨਾਂ ਨੂੰ ਮਿਲਗੀਆਂ ਸੀ ਇਸ ਗੱਠ ਜੋੜ ਨੂੰ ਕਾਂਗਰਸ ਪਾਰਟੀ ਦੇ 2012 ਦੀਆਂ ਚੋਣਾਂ ਹਾਰੀ ਐ ਤਾਂ ਉਹ ਵੀ ਆਪਦੀ ਕਰਤੂਤਾ ਨਾਲ ਹਾਰੀ ਐ ਉਹ ਇਸ ਕਰਕੇ ਹਾਰੀ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਮੂਡ ਕਦੀਮ ਤੋਂ ਇਹ ਇੱਕ ਦਾਪੇਚ ਐ ਜੀ ਕਿ ਕਿਸੇ ਇੱਕ ਲੀਡਰ ਦੇ ਜਿਹੜੇ ਪੈਰ ਮਜ਼ਬੂਤ ਨਾ ਹੋਣ ਦਿੱਤੇ ਜਾਣ ਹੂੰ ਹੂੰ ਇੱਕ ਲੀਡਰ ਜੇ ਬਣ ਗਿਆ ਤਾਂ ਉਹਨੂੰ ਡੀਸਟੇਬਲਾਈਜ਼ ਕਰਨ ਵਾਸਤੇ ਬਰਾਬਰ ਇੱਕ ਢਾਹ ਹੋਰ ਖੜਾ ਕਰ ਦਿਓ ਇਹ ਆਪਾਂ ਜੇ ਵੇਖੀਏ ਪਿਛਾਂ ਤੋਂ ਲੈ ਲਓ ਤੁਸੀਂ ਪ੍ਰਤਾਪ ਸਿੰਘ ਕੈਰੋ ਦੇ ਜਮਾਨੇ ਤੋਂ ਤੁਰਿਆ ਹੁੰਦਾ ਹੈ ਕੈਰੋ ਦੇ ਜਮਾਨੇ ਤੋਂ ਆਪਣੇ ਤੁਹਾਡੇ ਕਦੇ ਉਹਨਾਂ ਦੇ ਖਿਲਾਫ ਸਰਦਾਰ ਸਵਰਨ ਸਿੰਘ ਵੀ ਹੁੰਦੇ ਸੀ ਕਦੇ ਪੰਡਿਤ ਮੋਨ ਲਾਲ ਸ਼ਰਮਾ ਵੀ ਹੁੰਦੇ ਸੀ ਬੜੇ ਬੰਦੇ ਸੀ ਚੌਧਰੀ ਦੇਵੀ ਲਾਲ ਵੀ ਹੁੰਦੇ ਸੀ ਹੂੰ ਹੂੰ ਐਕਸਟਰਾ ਕਰਦੇ ਆ ਇਹ ਕਹਿਰੋ ਤੋਂ ਬਾਅਦ ਫਿਰ ਜੇ ਆਪਾਂ ਦੇਖੀ ਅੱਗੇ ਆ ਗਿਆ ਗਿਆਨੀ ਜੈਲ ਸਿੰਘ ਦਾ ਜਮਾਨਾ ਆ ਗਿਆ ਉਸ ਵੇਲੇ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੀ ਟੱਕਰ ਜੀ ਫਿਰ ਦਰਬਾਰਾ ਸਿ ਚੀਫ ਮਨਿਸਟਰ ਬਣ ਕੇ ਫਿਰ ਗਿਆਨੀ ਜੈਲ ਸਿੰਘ ਦੀ ਤੇ ਉਹਦੀ ਟੱਕਰ ਫਿਰ ਬੂਟਾ ਸਿੰਘ ਆ ਗਿਆ ਵਿੱਚ ਇਹ ਸਾਰੇ ਮਾਮਲੇ ਚ ਦੇਖੀਏ ਹੂੰ ਹੂੰ ਬੀਨ ਸਿੰਘ ਆ ਰਹੀ ਹੁੜੀ ਆਗੇ ਤੇ ਇੱਕ ਪਾਸੇ ਬੀਨ ਸਿੰਘ ਦੂਜੇ ਪਾਸੇ ਜਗਮੀਤ ਸਿੰਘ ਬਰਾੜ ਤੀਜੇ ਪਾਸੇ ਹੂੰ ਹੂੰ ਵੀਰ ਦਵਿੰਦਰ ਸਿੰਘ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਦੇ ਕਿਸੇ ਨੂੰ ਇਹ ਨਹੀਂ ਟਿਕਣ ਨਹੀਂ ਦਿੱਤੀ ਇੱਥੇ ਵੀ ਉਹਨਾਂ ਨੇ ਪਾਲਿਸੀ ਇਹੀ ਐਡਾਪਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਲਾਫ ਜਦੋਂ ਬੀਬੀ ਪੱਠਲ ਨੇ ਬਗਾਵਤ ਕਰਤੀ ਹੂੰ ਹੂੰ ਉਦੋਂ ਕਾਫੀ ਸਾਰੇ ਐਮਐਲਏ ਲੈ ਕੇ ਚਲੀ ਗਈ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਆਪ ਦੀ ਪੋਜੀਸ਼ਨ ਸੰਭਾਲ ਗਿਆ ਸੀ ਤੇ ਬਚ ਗਿਆ ਜੀ ਜਦੋਂ ਆਈ ਤੁਹਾਡੀ ਚੋਣ 12 ਵਾਲੀ ਹੂੰ ਹੂੰ 12 ਵੇਲੇ ਹੋ ਗਿਆ ਵੀ ਕਿਤੇ ਬਾਹਲੇ ਕੈਂਡੀਡੇਟ ਆਪਣੇ ਕੈਂਡੀਡੇਟ ਜਿੰਨਾ ਜਾਣ ਬਸ ਪੈਂਟ ਪੈਂਟ ਕਰੈਨ ਉਹ ਪੈਂਟਾਂਗ ਦੀ ਗੱਲ ਕਰਦੇ ਆ ਕਰਦੇ ਆ ਕੁਝ ਇਹੋ ਜਿਹੀਆਂ ਗੱਲਾਂ ਵੀ ਹੋਈਆਂ ਜਿੱਥੇ ਬੰਦਿਆਂ ਨੂੰ ਠੱਬੀ ਲਾਉਣ ਵਾਲੀ ਗੱਲ ਮਸਲਨ ਬਿਕਰਮ ਸਿੰਘ ਮਜੀਠੀਆ ਜਿੰਨੀ ਸਕਦਾ ਸੀ 2012 ਚ ਹੂੰ ਹੂੰ ਜੇ ਤੁਹਾਡੇ ਮਜੀਠਾ ਹਲਕੇ ਤੋਂ ਲਾਲੀ ਮਜੀਠੀ ਨੂੰ ਟਿਕਟ ਦਿੱਤੀ ਹੁੰਦੀ ਦਿੱਤੀ ਹਾਂ ਲਾਲੀ ਮਜੀਠੀ ਨੂੰ ਕੱਟ ਕੇ ਨਵੇਂ ਮੁੰਡੇ ਨੂੰ ਟਿਕਟ ਦੇਦੀ ਸੀ ਲਾਲੀ ਮਜੀਠੀ ਆ ਇੰਡੀਪੈਂਡੈਂਟ ਖੜਾ ਹੋ ਗਿਆ ਉਹਨੇ ਜਮਾਨਤ ਮੇਰਾ ਖਿਆਲ ਹੈ ਸ਼ਾਇਦ ਨਵੇਂ ਮੁੰਡੇ ਦੀ ਜਮਾਨਤ ਵੀ ਜਬਤ ਹੋ ਗਈ ਹੋਵੇ ਟੱਕਰ ਦਾ ਲਾਲੀ ਮਜੀਠੀ ਨੇ ਦਿੱਤੀ ਸੀ ਨਾ ਹੂੰ ਹੂੰ ਜੇ ਉੱਥੇ ਉਸ ਵੇਲੇ ਟਿਕਟ ਉਹਨੂੰ ਦਿੱਤੀ ਹੁੰਦੀ ਤੇ ਅੱਜ ਲਾਲੀ ਮਜੀਠੀ ਕਿਹੜੀ ਕਿੱਥੇ ਉਹ ਆਵਾਦਵੀ ਪਾਰਟੀ 'ਚ ਬੈਠੇ ਹੂੰ ਇੱਥੇ ਜਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਆਏ ਇਹ ਦੇਖ ਲੈ ਕਿ ਇਹਨੂੰ 7% ਵੋਟਾਂ ਪੰਗੇ ਹੂੰ ਤੇ ਅਸੀਂ ਇਹਦੀ ਵਜ੍ਹਾ ਕਾਰਨ ਹਾਰ ਗਏ ਤੇ ਇਹ ਨਹੀਂ ਦੇਖਿਆ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਕੀ ਪਤਾ ਹੈ ਖੜਾ ਕਰਨ ਵਾਸਤੇ ਇਸ ਪੋਜੀਸ਼ਨ ਦੇ ਵਿੱਚ ਲਿਆਉਣ ਵਾਸਤੇ ਕਿ ਐਂਟੀ ਇਨਕੰਮਪੈਂਸੀ ਵੋਟਾਂ ਤੋੜਨੀਆਂ ਪ੍ਰਕਾਸ਼ ਸਿੰਘ ਬਾਦਲ ਦੀ ਚਾਹ ਰੂਵੇ ਜੀ ਉਸ ਗੱਲ ਨੂੰ ਨਹੀਂ ਸਮਝ ਸਕੇ ਉਹਨਾਂ ਨੇ ਦੇਖ ਲਿਆ 7% ਵੋਟਾਂ ਹੂੰ 7% ਵੋਟਾਂ ਤੁਸੀਂ ਦੇਖੋ 7% ਦੇ ਵਿੱਚ ਬਰਨਾਲੇ ਦੀਆਂ ਵੀ ਕੁਝ ਮਾੜੀਆਂ ਮੋਟੀਆਂ ਸੀ ਕਮਿਊਨਿਸਟ ਪਾਰਟੀਆਂ ਬਿਲਕੁਲ ਮਰ ਚੁੱਕੀਆਂ ਮਰ ਚੁੱਕੀਆਂ ਲੇਕਿਨ ਬਾਪਦੇ ਉਸ ਗੱਲ ਦੇ ਕਮਿਊਨਿਟੀਆ ਹੁੰਦਾ ਕਿ ਹਰ ਪਿੰਡ ਦੇ ਵਿੱਚ 1 2 4 5 7 ਵੋਟਾਂ ਹੈਗੀਆਂ ਹੈਗੀਆਂ ਹਰ ਮੁਹੱਲੇ ਦੇ ਵਿੱਚ ਹੈਗੀਆਂ ਟ੍ਰੇਡ ਯੂਨੀਅਨਾਂ ਦੇ ਮੁਲਾਜ਼ਮਾਂ ਦੇ ਨਾ ਨਾ ਉਹੋ ਬਦਲਾ ਦੀ ਵੋਟ ਵੀ ਸੀਗੀ ਬਦਲਾ ਉੱਪਰ ਤੇ ਬਦਲਾ ਦੀ ਵੋਟ ਵੀ ਚਲੋ ਉਸ ਜਿਹੜੀ ਇੱਕ ਪੱਕੀ ਵੋਟ ਬੈਂਕ ਉਹਨਾਂ ਦਾ ਹੈਗਾ ਵੀ ਹਰ ਹਲਕੇ ਦੇ ਵਿੱਚ 500 ਤੋਂ ਲੈ ਕੇ 5000 ਤੱਕ ਉਹਨਾਂ ਦੀ ਵੋਟ ਹੈਗੀ ਹੈ ਹੂੰ ਹੂੰ ਉਹਦੇ ਆਪ ਇੰਡੀਪੈਂਡੈਂਟ ਖੜੇ ਹੋਣ ਤਾਂ ਉਹਨੂੰ 5 700 ਪਊਗੀ ਲੇਕਿਨ ਜਦੋਂ ਕਿਸੇ ਨਾਲ ਗੱਠ ਜੋੜ ਕਰਨਗੇ ਤਾਂ ਉਸ ਵੇਲੇ ਉਹ ਹੋਰ ਵੀ ਵੋਟਰ ਨੂੰ ਪ੍ਰਭਾਵਿਤ ਕਰ ਦੇਗਾ ਹੂੰ ਸੁਇਨ ਨੇ ਦੇਖਿਆ ਜੀ 7% ਵੋਟ ਆ ਗਈ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਲਈ ਤੇ ਫਿਰ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਲਿਆ ਹੂੰ ਹੂੰ ਤੁਸੀਂ ਯਾਦ ਕਰੋ ਟਾਈਮ ਜਦੋਂ ਜਲੰਧਰ ਆਇਆ ਸੀ ਰਾਹੁਲ ਗਾਂਧੀ ਜੀ ਤੇ ਮਨਪ੍ਰੀਤ ਸਿੰਘ ਬਾਦਲ ਜਾ ਕੇ ਥੱਲੇ ਪਬਲਿਕ ਚ ਬਹਿ ਗਿਆ ਸੀ ਉਹਦੀਆਂ ਨਜ਼ਰਾਂ ਚ ਹੂੰ ਹੂੰ ਤੇ ਫਿਰ ਉਹਨੂੰ ਰਾਹੁਲ ਗਾਂਧੀ ਉੱਥੇ ਬੁਲਾਉਂਦਾ ਮਤਲਬ ਕੀਮਤ ਬਣਾ ਰੇ ਸੀ ਹੂੰ ਹੂੰ ਮਨਪ੍ਰੀਤ ਸਿੰਘ ਬਾਦਲ ਨੂੰ ਬਿਠਾ ਦਿੱਤੇ ਟਿਕਟ ਦਿੱਤੀ ਇਹ ਵੀ ਇੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਜੀ ਕਿ ਟਕਸਾਲੀ ਸੀਟ ਟਕਸਾਲੀ ਸੀਟ ਤੇ ਕਿਸੇ ਟਕਸਾਲੀ ਕਾਂਗਰਸੀ ਦੀ بجائے ਅਕਾਲੀ ਦਲ ਚੁਆਏ ਹੋਏ ਬੰਦੇ ਨੂੰ ਟਿਕਟ ਦਿੱਤੀ ਹਾਂ ਜੀ ਚਲੋ ਕਿੱਕਦੇਤੀ ਉਹਨੇ ਆ ਚਿਮਣੀਆਂ ਚੋਂ ਧੂਆ ਨਿਕਲਣ ਲਾ ਦੇਾਂਗੇ ਜੀ ਇੱਥੇ ਵੱਡੇ ਵੱਡੇ ਕਾਰਖਾਨੇ ਲਾ ਦੇਾਂਗੇ ਜੀ ਇੱਥੇ ਉਹ ਆਉਣਗੇ ਆਉਣਗੇ ਇਹ ਜਾ ਕੁਝ ਕਰ ਕਰਾ ਕੇ ਹੂੰ ਹੂੰ ਚਲੋ ਇਲੈਕਸ਼ਨ ਜਿੱਤ ਗਿਆ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਹੁੰਦੀ ਹੈ ਚੋਣ ਤੁਹਾਡੀ ਨਗਰ ਨਿਗਮ ਦੀ ਨਗਰ ਨਿਗਮ ਦੇ ਵਿੱਚ 43 ਸੀਟਾਂ 50 ਜੋ ਕਾਂਗਰਸ ਪਾਰਟੀ ਜਿੱਤ ਗਈ ਤੁਸੀਂ ਯਾਦ ਕਰੋ ਟਾਈਮ ਜਿਸ ਦਿਨ ਜਗਰੂਪ ਸਿੰਘ ਗਿੱਲ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਜੀ ਜਗਰੂਪ ਸਿੰਘ ਗਿੱਲੇ ਨੇ ਜਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਤੇ ਮੈਂ ਉਹਨੂੰ ਸਵਾਲ ਕੀਤਾ ਸੀ ਵੀ ਗਿੱਲ ਸਾਹਿਬ ਤੁਸੀਂ ਅਸਤੀਫਾ ਕਿਉਂ ਦੇ ਰਹੇ ਹੋ ਹੂੰ ਹੂੰ ਤੇ ਉਹਨਾਂ ਨੇ ਗਿੱਲ ਸਾਹਿਬ ਨੇ ਦੱਸਿਆ ਜਗਰੂਪ ਸਿੰਘ ਗਿੱਲੇ ਕਿ ਮੈਨੂੰ ਮਨਪ੍ਰੀਤ ਬਾਦਲ ਨੇ ਇਹ ਕਿਹਾ ਕਿ ਤੁਹਾਨੂੰ ਇੱਕ ਚਿਹਰੇ ਵਜੋਂ ਪੇਸ਼ ਕਰਨਾ ਹੈ ਸੀ ਮੇਅਰ ਦੇ ਚਿਹਰੇ ਵਜੋਂ ਹੂੰ ਹੂੰ ਤੇ ਤੁਹਾਡੇ ਨਾਂ ਦੇ ਉੱਤੇ ਚੋਣ ਲੜਨੀ ਹੈ ਤੇ ਇਸ ਕਰਕੇ ਉਹ ਕਹਿੰਦਾ ਜੇ ਜਦੋਂ ਮੈਨੂੰ ਚਿਹਰੇ ਵਜੋਂ ਪੇਸ਼ ਕਰਦੇ ਹੈ ਹੂੰ ਹੂੰ ਤਾਂ ਮੈਂ ਇੱਕੋ ਟਾਈਮ ਦੇ ਉੱਤੇ ਦੋ ਆਉਦੇ ਨਹੀਂ ਰੱਖਦਾ ਜੀ ਮੈਂ ਇਹ ਤਿਆਗਦਾ ਤੇ ਮੈਂ ਤਾਂ ਇਕੱਲਾ ਉਹੀ ਚੋਣ ਲੜੂ ਪਰ ਜਿਸ ਵੇਲੇ ਆਗੇ 43 ਤੇ 43ਆਂ ਦੇ ਵਿੱਚ ਫਿਰ ਆ ਗਿਆ ਸਿਲਸਿਲਾ ਕਿ ਜੇ ਜਗਰੂਪ ਸਿੰਘ ਗਿੱਲ ਜਿਹੜਾ ਮਿਊਸਪਲ ਮਾਮਲਿਆਂ ਦਾ ਬੜਾ ਮਾਹਰ ਹੈ 1979 ਤੋਂ ਲਗਾਤਾਰ ਇਹ ਬੰਦਾ ਜਿੱਦਦਾ ਆ ਰਿਹਾ ਹੈ ਕਾਉਂਸਲਰ ਔਰ ਸ਼ਹਿਰ ਦੇ ਵਿੱਚ ਵੀ ਇਹਦਾ ਵਕਾਰ ਚੰਗਾ ਹੈ ਤੇ ਜੇ ਇਹ ਬੰਦਾ ਆ ਗਿਆ ਤਾਂ ਫਿਰ ਕਮੇਟੀ ਚ ਆਪਣੀ ਤਾਂ ਨਹੀਂ ਚੱਲੀ ਨਗਰ ਨਿਗਮ ਦੇ ਵਿੱਚ ਆਪਣੀ ਚੱਲਨੀ ਤੇ ਉਹਨਾਂ ਨੇ ਇੱਕ ਲਿਆਂਦਾ ਕਿਨੂੰ ਲਿਆਂਦੀ ਉਹ ਬੀਬੀ ਜੀ ਦਾ ਕਿਤੇ ਰਾਜਨੀਤੀ ਨਾਲ ਵਾ ਵਾਸਤਾ ਨਹੀਂ ਸੀ ਉਹਦਾ ਜਿਹੜਾ ਹਸਬੈਂਡ ਹੈ ਉਹ ਇੱਕ ਸ਼ਰਾਬ ਦਾ ਕਾਰੋਬਾਰੀ ਹੈ ਵੱਡੇ ਕਾਰੋਬਾਰੀਆਂ ਦੇ ਨਾਲ ਉਹਦਾ ਨਿੱਕਾ ਮੋਟਾ ਕੁਈ ਹਿੱਸਾ ਪੱਤੀ ਹੈ ਉਹਨੂੰ ਲਿਆਂਦਾ ਉਹਨਾਂ ਨਾਲ ਸਾਂਝਾ ਪੁਰਾਣੀਆਂ ਸੀ ਕਿ ਜੇ ਅਕਾਲੀ ਦਲ ਚਾਹਤਾ ਅਕਾਲੀ ਦਲ ਚੇ ਜੇ ਆ ਪੀਪਲ ਜੀ ਪਾਰਟੀ ਚ ਆਗੇ ਤੋ ਪੀਪਲ ਜੀ ਪਾਰਟੀ ਜੇ ਕਾਂਗਰਸ ਚ ਆਗੇ ਤੇ ਕਾਂਗਰਸ ਚ ਲਾਇਆ ਕਿ ਮੇਅਰ ਊਨੂ ਬਰਾਤਾ ਔਰ ਉਹਨੂੰ ਜੇ ਕਾਂਗਰਸੀ ਹਾਈ ਕਮਾਂਡ ਨੇ ਮਨਪ੍ਰੀਤ ਸਿੰਘ ਨੂੰ ਲਿਆਉਣ ਦੀ ਗਲਤੀ ਕੀਤੀ ਜਿਹੜਾ ਅੱਜ ਬੀਜੇਪੀ ਚ ਬੈਠਾ ਹੈ ਹਮ ਹਮ ਤਾਂ ਫਿਰ ਦੂਜੀ ਗਲਤੀ ਕੀਤੀ ਚਰਨਜੀਤ ਸਿੰਘ ਚੰਨੀ ਨੇ ਜੀ ਜਿਹਨੂੰ ਅਬਜ਼ਰਵਰ ਬਣਾ ਕੇ ਭੇਜਿਆ ਸੀ ਹੂੰ ਹੂੰ ਉਹ ਇਸ ਗੱਲ ਨੂੰ ਭੁੱਲ ਗਿਆ ਕਿ ਜਗਰੂਪ ਸਿੰਘ ਗਿੱਲ ਐਨਾ ਪੁਰਾਣਾ ਬੰਦਾ ਸਾਡੇ ਨਾਲ ਬੈਠਾ ਹੈ ਹੂੰ ਹੂੰ ਤੇ ਉਹਨੇ ਕਹਿਤਾ ਨਹੀਂ ਜੀ ਬਹੁ ਗਿਣਤੀ ਚਾਹੁੰਦੀ ਹੈ ਲੋ ਆ ਬੀਬੀ ਅਰਮਨ ਗੋਇਲ ਨੂੰ ਬਰਾਮਾ ਕੀਤਾ ਉਹਨੇ ਚੇਅਰਮੈਨ ਜਮੀਰ ਬਣਾ ਕੇ ਉਹ ਚਲਾ ਗਿਆ ਜੀ ਉਸ ਤੋਂ ਬਾਅਦ ਜਗਰੂਪ ਸਿੰਘ ਇਹਨਾਂ ਦੇ ਘਰ ਬੈ ਗਿਆ ਹੂੰ ਹੂੰ ਆ ਗਈ 2022 ਦੀ ਇਲੈਕਸ਼ਨ 2022 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੇਖਿਆ ਕਿ ਲਹਿਰ ਤਾਂ ਸਾਡੀ ਬਣਦੀ ਹੈ ਹੂੰ ਪਰ ਚਿਹਰਾ ਹੈ ਨਹੀਂ ਜਿਸ ਚਿਹਰੇ ਨੂੰ ਮੇਰ ਨਹੀਂ ਬਣਾਇਆ ਸੀ ਉਸ ਚਿਹਰੇ ਨੂੰ ਜਾ ਕੇ ਜਗਰੂਪ ਸਿੰਘ ਗਿੱਲ ਨੂੰ ਪਿਕ ਕੀਤਾ ਉਹਨਾਂ ਨੇ ਵੀ ਆਓ ਜੀ ਤੁਹਾਨੂੰ ਐਮਐਲਏ ਬਣਾਇਆ ਜੀ ਜਗਰੂਪ ਸਿੰਘ ਗਿੱਲ ਐਮਐਲਏ ਬਣ ਗਿਆ ਤੇ ਨਤੀਜਾ ਕੀ ਹੋਇਆ 363000 ਵੋਟਾਂ ਦੇ ਫਰਕ ਨਾਲ ਮਨਪ੍ਰੀਤ ਸਿੰਘ ਬਾਦਲ ਜਗਰੂਪ ਗਿੱਲ ਤੋਂ ਹਾਰ ਗਿਆ ਤੇ ਮੇਰੇ ਖਿਆਲ ਮੁਤਾਬਕ ਜਦੋਂ 2017 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਬਣਿਆ ਐ ਐਮਐਲਏ ਤੇ ਉਹਦੇ 363000 ਵੋਟਾਂ ਸਾਰੀਆਂ ਪੰਗੀਆਂ ਸਾਰੀਆਂ ਵੇਗੀਆਂ ਜਿੰਨੀਆਂ ਵੋਟਾਂ ਪੰਗੀਆਂ ਸੀ ਉਹਦੇ ਮਾਰਜਿਨ ਨਾਲ ਹਾਰ ਗਿਆ ਤੇ ਪੈਸਾ ਦਾਨੇਲੀਆ ਸਾਹਿਬ ਫਿਰ ਜਿਹੜਾ ਸਿੱਟਿਆ ਇਥੇ ਉਹਦਾ ਤੇ ਉਹਦਾ ਅੰਤ ਹੀ ਕੋਈ ਨਹੀਂ ਤੇ ਜੇ ਹੁਣ ਇਨਕੁਆਰੀਆਂ ਸ਼ੁਰੂ ਹੋ ਜਾਣ ਕਿ ਜਿਹੜਾ ਦੋ ਨੰਬਰ ਦੇ ਵਿੱਚ ਪੈਸਾ ਲਿਆ ਲਿਆ ਕੇ ਇਥੇ ਸੋਲ ਰਾਂਦੇ ਰੂਪ ਦੇ ਵਿੱਚ ਤੇ ਕਿਹੜੇ ਹਿਸਾਬ ਦੇ ਵਿੱਚ ਕਿਵੇਂ ਕਿਵੇਂ ਵੰਡਿਆ ਉਹ ਇੱਕ ਵੱਖਰਾ ਸਿਲਸਿਲਾ ਹੈ ਸੋ ਨਤੀਜਾ ਜੋ ਕੁਝ ਹੋਣਾ ਸੀ ਹੋ ਗਿਆ ਹੁਣ ਮਨਪ੍ਰੀਤ ਸਿੰਘ ਬਾਦਲ ਚੜਾ ਗਿਆ ਪਾਜ ਪਾਜ ਤੇ ਪਾਜ ਪਾਜ ਨਾਲ ਹੀ ਉਹ ਚਲਾ ਗਿਆ ਇਹ ਤੋਂ ਪਹਿਲਾਂ ਜਿਹੜੀ ਜਿਹੜੀ ਇਥੇ ਗੱਲ ਚੱਲਦੀ ਸੀ ਬਠਿੰਡੇ ਦੀ ਰਾਜਨੀਤੀ ਤੇ ਰਾਜਨੀਤੀ ਆ ਗਈ ਕਾਂਗਰਸ ਪਾਰਟੀ ਦੀ ਅੱਗੇ ਬਾਦਲ ਪਰਿਵਾਰ ਦੀ ਰਾਜਨੀਤੀ ਆ ਗਈ ਹੂੰ ਹੂੰ ਬਾਦਲ ਪਰਿਵਾਰ ਦੀ ਰਾਜਨੀਤੀ ਨੂੰ ਜੇ ਦੇਖਣਾ ਹੋਵੇ ਜਿਹੜੀ ਉੱਭੜ ਕੇ ਉਹਦਾ ਜਿਹੜਾ ਉਹਦਾ ਰੁਝਾਨ ਦੇਖਣਾ ਹੈ ਉਹ 2019 'ਚ ਦਿਖਦਾ ਹੈ ਹੂੰ ਹੂੰ 2014 'ਚ ਇੱਥੇ ਪਾਰਲੀਮੈਂਟ ਦੀ ਚੋਣ ਲੜੀ ਸੀ ਮਨਪ੍ਰੀਤ ਸਿੰਘ ਬਾਦਲ ਨੇ ਹਰ ਸਮਰਥਕਾਂ ਨੂੰ ਬਾਦਲ ਦੇ ਖਿਲਾਫ ਹੋ ਜਿੱਤ ਗਈ ਹੂੰ ਹੂੰ ਸਰਕਾਰ ਸੀ ਉਸ ਮਿਲ ਉਹਨਾਂ ਦੀ 2019 ਦੀ ਚੋਣ ਜਿਹੜੀ ਹੈ 2019 ਦੀ ਚੋਣ ਕਾਂਗਰਸ ਪਾਰਟੀ ਦੇ ਰਾਜਪਾਕ ਚੋਈ ਸੀ ਹੂੰ ਹੂੰ ਰਾਜਾ ਬੜਿੰਗ ਨੂੰ ਦਿੱਤੀ ਕਾਂਗਰਸ ਪਾਰਟੀ ਨੇ ਟਿਕਟ ਜੀ ਰਾਜਾ ਬੜਿੰਗ ਨੇ ਕੱਲ ਵੀ ਲਾਈਵ ਹੋ ਕੇ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਗੜ ਸੀ ਮੈ ਉਹਨਾਂ ਅਕਾਲੀ ਦਲ ਦੇ ਕਿਹੜਾ ਚ ਜਿੱਤ ਗਿਆ ਜਿੱਤ ਗਿਆ ਲੇਕਿਨ ਬਠਿੰਡਾ ਜਿਹੜਾ ਸਾਡਾ ਗੜ ਸੀ ਕਾਂਗਰਸ ਪਾਰਟੀ ਦਾ ਜਿੱਥੇ ਸਾਡਾ ਜੇ ਆਪਾਂ ਮਨਪ੍ਰੀਤ ਬਾਦਲ ਦੀ ਦੇਖੀਏ ਤੇ ਉਹਦੀ ਮਾਰਜਿਨ ਕਿੰਨਾ ਸੀ ਹੂੰ 2014 ਵੇਲੇ ਤਾਂ ਉਹਦਾ 30000 ਦੇ ਕਰੀਬ ਚਲਾ ਗਿਆ ਸੀ ਜੀ 2019 ਵੇਲੇ 16-17000 ਦਾ ਰਹਿ ਗਿਆ ਸੀ ਤੇ ਉਥੋਂ ਜਿਹੜੀ ਹੈਗੀ 5-7000 ਵੋਟ ਚ ਮਾਰ ਖਾ ਗਿਆ ਰਾਜਾ ਬੜਿੰਗ ਹੂੰ ਹੂੰ ਤੇ ਉਦੋਂ ਹੀ ਲੋਕਾਂ ਚ ਚਬਾ ਚਬੀ ਇਹ ਹੋਣ ਲੱਗ ਪਈ ਸੀ ਕਿ ਭਾਈ ਆਪਸ ਵਿੱਚ ਰਲ ਗਏ ਹੂੰ ਹਰ ਸਿਮਰਤ ਕੌਰ ਬਾਦਲੂ ਜਿਤਾਉਣ ਵਾਸਤੇ ਸਾਰੀ ਦੀ ਸਾਰੀ ਕੋਸ਼ਿਸ਼ ਹੈ ਜਿਹੜੀ ਉਹ ਮਨਪ੍ਰੀਤ ਬਾਦਲ ਨੇ ਕੀਤੀ ਹੈ ਹੂੰ ਹੂੰ ਤੇ ਦਾਨੀ ਵਾਲੀਆ ਸਾਹਿਬ ਆਪਾਂ ਨੂੰ ਤਾਂ ਇਹ ਵੀ ਪਤਾ ਹੈ ਵੀ ਉਹ ਤਾਂ ਠੇਕੇ ਵੀ ਬੰਦ ਹੋ ਗਏ ਸੀ ਕਿਉਂਕਿ ਠੇਕੇ ਤੇ ਕੰਟਰੋਲ ਵੀ ਇਹਨਾਂ ਦੇ ਗਰੁੱਪ ਦਾ ਸੀ ਬਿਲਕੁਲ ਜਿਹੜੇ ਜਿੱਥੋਂ ਜਿੱਥੋਂ ਸ਼ਰਾਬ ਸਪਲਾਈ ਕਰਨੀ ਸੀ ਅੱਜ ਦੇ ਯੁੱਗ ਦੇ ਵਿੱਚ ਇਹ ਸਾਰਾ ਖੁੱਸ ਚੱਲਦਾ ਹੈ ਹੂੰ ਹੂੰ ਉਹ ਵੀ ਹੋ ਗਿਆ ਸੀ ਸਭ ਕੁਝ ਉਹਨੂੰ ਮਨਜਣ ਦੀ ਪੂਰੀ ਕੋਸ਼ਿਸ਼ ਕੀਤੀ ਜੀ ਔਰ ਇਹਦਾ ਇਹ ਬਜਾਣਾ ਫਿਰ 2022 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਮੋੜਨਾ ਚਾਹਿਆ ਹੂੰ ਹੂੰ ਕਿ ਹੁਣ ਭਰਾ ਖੜਾ ਹੈ ਤੇ ਆਪਾ ਮਦਦ ਕਰ ਦਿੱਤੀ ਹੂੰ ਸਰੂਪ ਚੰਦ ਸਿੰਘਲੇ ਨੂੰ ਜੇ ਤੀ ਟ੍ਰੈਕਟਰ ਤੁਸੀਂ ਦੇਖੋ ਕਿ ਜਲਦੀ ਮੀਟਿੰਗ ਦੇ ਵਿੱਚ ਜੀ ਸਰੂਪ ਚੰਦ ਸਿੰਘਲੇ ਨੇ ਵਪਾਰੀਆਂ ਦੀ ਮੀਟਿੰਗ ਦੇ ਵਿੱਚ ਸਿੱਧਾ ਕਹਿਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ ਮੈਨੂੰ ਇਹ ਦੱਸੋ ਤੁਹਾਡਾ ਕੈਂਡੀਡੇਟ ਮਨਪ੍ਰੀਤ ਹੈ ਕਿ ਮੈਂ ਮੈਂ ਬਹੁਤ ਵੱਡੀ ਗੱਲ ਸੀ ਹਾਂ ਬਹੁਤ ਵੱਡੀ ਗੱਲ ਆ ਤੁਸੀਂ ਤਾਂ ਰਲ ਗਏ ਆਪਸ ਵਿੱਚ ਹੂੰ ਹੂੰ ਤੇ ਹੱਸ ਕੇ ਕਹਤਾ ਤੂੰ ਹੀ ਹੈ ਸਾਡਾ ਤਾਂ ਹੂੰ ਤੇ ਇਹ ਫਿਰ ਪਤਾ ਵੀ ਜਿਵੇਂ ਉਹਨੂੰ ਮਾਧਿਆ ਕਿਉਂਕਿ ਜਿਹੜੇ ਬੰਦੇ ਦਿਨੇ ਕੰਮ ਕਰਦੇ ਹੁੰਦੇ ਸੀ ਬਠਿੰਡੇ ਚ ਬਠਿੰਡੇ ਚ ਮਨਪ੍ਰੀਤ ਆਸਤੇ ਤੇ ਸ਼ਾਮ ਨੂੰ ਉਹ ਗਿੱਦੜਬਾਹ ਦੇ ਵਿੱਚ ਜਾ ਕੇ ਡਿੰਪੀ ਆਸਤੇ ਕੰਮ ਕਰਦੇ ਡਿੰਪੀ ਆਸਤੇ ਕੰਮ ਕਰਦੇ ਆ ਗੀ ਡਿੰਪੀ ਲਈ ਉੱਥੇ ਕੰਮ ਕਰਦੇ ਵੇਤੀ ਉਹ ਉਹ ਇੱਥੇ ਆ ਜਾਂਦੇ ਤੇ ਰਾਤ ਨੂੰ ਇਹ ਸਾਰੇ ਬੰਦੇ ਮਿਲ ਕੇ ਲੰਬੀ ਚ ਕੰਮ ਕਰਦੇ ਹੁੰਦੇ ਸੀ ਤੇ ਫਿਰ ਤੁਸੀਂ ਯਾਦ ਕਰੋ ਟਾਈਮ ਜਦੋਂ ਰਾਜਾ ਬੜੇ ਕੁਕ ਦਾ ਸੀ ਲਾਸਟ ਦੇ ਉੱਤੇ ਲਾਸਟ ਦੇ ਉੱਤੇ ਲਾਸਟ ਦੇ ਉੱਤੇ ਜਦੋਂ ਉਹਨੇ ਲੋਕਾਂ ਨੂੰ ਹੋਕਾ ਦਿੱਤਾ ਉਹ ਲੋਕੋ ਰਲ ਗਏ ਬਾਦਲ ਵਾਲੇ ਤੇ ਇੱਕ ਗਰੀਬ ਨੂੰ ਮੰਜਰਾ ਚਾਹੁੰਦੇ ਆ ਹੂੰ ਹੂੰ ਉਹ ਮੰਜਰ ਨਾਲਾ ਗੱਲ ਸਿਲਸਿਲੇ ਉਹਨੇ ਕਹਿੰਦਾ ਉਹ ਲੈ ਕੇ ਬਠਿੰਡੇ ਤੋਂ ਲੰਬੀ ਤੇ ਜਲਾਲਾਬਾਦ ਤੇ ਮਜੀਠੇ ਤੱਕ ਫੇਰ ਦਿਓ ਹੂੰ ਹੂੰ ਕਾਟਾ ਕਾਟਾ ਤੇ ਲੋਕਾਂ ਨੇ ਕ ਹੁਣ ਇੱਥੇ ਗੱਲ ਜਿੱਥੇ ਆ ਗਈ ਕੱਲ ਫਿਰ ਉਹ ਮੇਰ ਵਾਲੀ ਗੱਲ ਆ ਗਈ ਉਹ ਜਖਮੀ ਸ਼ੇਰ ਸੀ ਰਾਜਾ ਬੜਿੰਗ ਹੂੰ ਹੂੰ ਰਾਜਾ ਬੜਿੰਗ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣ ਗਿਆ ਬਦਲੇ ਦੀ ਅਗ ਦੇ ਵਿੱਚੋਂ ਸੜ ਰਿਹਾ ਸੀ ਸੜ ਰਿਹਾ ਸੀ ਕਿ ਮੇਰਾ ਸ਼ਰੀਕ ਗਿਆ ਭਾ ਜੀਪੀ ਚੋਂ ਇੱਥੋਂ ਨਿਕਲ ਗਿਆ ਮੈਨੂੰ ਵੀ ਹਰਾ ਗਿਆ ਤੇ ਭੀਜਪੀ ਦੇ ਵਿੱਚ ਜੇ ਮਨਪ੍ਰੀਤ ਬਾਦਲ ਨੇ ਪਰਤ ਬਣਾਈ ਸੀ ਤੇ ਉਹਨੇ ਕਹਿ ਸੀ ਕਿ ਮੈਂ ਇਕੱਲਾ 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 ਜਿਹੜਾ ਨਾਲ ਮੈਂ ਨਗਰ ਨਿਗਮ ਵੀ ਲੈ ਕੇ ਆ ਗਿਆ ਲੈ ਕੇ ਆ ਗਿਆ ਕੈਪਟਨ ਉਮਰਿੰਦਰ ਸੋ ਵੀ ਨਗਰ ਨਿਗਮ ਨਹੀਂ ਲਿਆ ਸਕਿਆ ਸੀ ਵੀ ਮੇਰੇ ਨਾਲ ਤਾਂ ਮੇਰ ਹੈਗੀ ਹੂੰ ਹੂੰ ਇੱਥੇ ਫਿਰ ਉਹਨੇ ਪਟਕਣੀ ਦੇਣ ਵਾਸਤੇ ਦੇਤਾ ਦੂਜਾ ਜਿਹੜਾ ਨੋ ਕੰਫੀਡੈਂਸ ਮੋਸ਼ਨ ਆਲਾ ਹਮਮ ਉਹ ਇਹਦਾ ਕਾਲੇ ਨੋ ਕੰਫੀਡੈਂਸ ਮੋਸ਼ਨ ਦੀ ਮਿਆਦ ਖਤਮ ਹੋ ਗਈ ਸੀ ਤੇ ਡੇਟ ਰੱਖੀ ਸੀ ਵੀ ਆਓ ਜੀ ਆਪਾਂ ਫਿਰ ਦੇਖੀਏ ਵੀ ਕਾਉਂ ਕਿੰਨੇ ਕ ਪਾਣੀ ਚ ਹੈ ਹਮਮ ਤਾਂ ਉੱਥੇ ਨਤੀਜਾ ਕੀ ਹੋਇਆ ਕਿ ਇੱਥੇ ਜਿਹੜੀਆਂ ਹੈਗੀਆਂ ਕਾਂਗਰਸ ਪਾਰਟੀ ਦੇ ਨਾਲ ਜਿਹੜੀਆਂ 26 ਵੋਟਾਂ ਸੀ ਪੱਕੀਆਂ ਜੀ ਔਰ ਉਹ ਚਾਰ ਵੋਟਾਂ ਜਿਹੜੀਆਂ ਹੈਗੀਆਂ ਪੰਜ ਵੋਟਾਂ ਸਕਾਲੀ ਦੇ ਕੋਲੇ ਇਹ ਦੋ ਬੰਦੇ ਇਹਦੇ ਛੜ ਕੇ ਚਲੇ ਗਏ ਸੀ ਹਮਮ 26 ਤੇ 5 ਹੁੰਦੇ 31 31 ਔਰ ਫਿਰ ਅਕਾਲੀ ਕਿਉਂਕਿ ਉਹਨੂੰ ਬਚਾਉਣਾ ਸੀ ਮੇਅਰ ਨੂੰ ਫਿਰ ਉਹਨੂੰ ਬਚਾਉਣ ਵਾਸਤੇ ਕੱਲ ਫਿਰ ਬਾਦਲ ਪਰਿਵਾਰ ਇਕੱਠਾ ਹੋ ਗਿਆ ਅੱਛਾ ਜੀ ਜਿਹੜੀਆਂ ਅੰਦਰੋਂ ਤਾਈ ਤੱਕ ਗੱਲਾਂ ਆਈਆਂ ਨੇ ਉਹਨੂੰ ਮੈਂ ਦੱਸਦਾ ਕੱਲ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਜੀ ਉਹ ਬੀਬੀ ਐ ਸ਼ੈਰੀ ਗੋਇਲ ਹੂੰ ਹੂੰ ਸ਼ੈਰੀ ਗੋਇਲ ਆਪਣੀ ਪਾਰਟੀ ਦੇ ਹੁਕਮ ਮੁਤਾਬਕ ਜੋ ਬਾਦਲ ਪਰਿਵਾਰ ਦਾ ਹੁਕਮ ਆਇਆ ਕਿ ਭਾਈ ਆਪਾਂ ਮੇਅਰ ਦੇ ਖਿਲਾਫ ਵੋਟ ਨਹੀਂ ਪਾਉਣੀ ਉਹ ਬੀਬੀ ਵੋਟ ਨਹੀਂ ਪਾਉਣਗੀ ਅੱਛਾ ਗਈ ਨਹੀਂ ਉਹ ਗਈ ਦੀ ਹੂੰ ਹੂੰ ਅਕਾਲੀ ਜਲਦੇ ਬਾਕੀ ਚਾਰ ਬੰਦੇ ਆ ਜਿਹੜੇ ਉਸ ਬੀਬੀ ਦੇ ਖਿਲਾਫ ਭੁਗਤ ਮੇਅਰ ਦੇ ਖਿਲਾਫ ਭੁਗਤ ਕੇ ਕਾਂਗਰਸ ਦੇ ਹੱਕ ਚ ਆ ਗਈ ਹੂੰ ਜਗਰੂਪ ਸਿੰਘ ਗਿੱਲ ਜਿਹੜੇ ਬਤੌਰ ਐਮ ਐਲ ਏ ਮੈਂਬਰ ਹੈ ਹੂੰ ਹੂੰ ਤੇ ਉਹਨਾਂ ਦਾ ਭਾਂਡਿਆ ਜਿਹੜਾ ਪਹਿਲੇ ਜਿੱਤਿਆ ਹੋਇਆ ਹੈ ਕਾਂਗਰਸੀ ਟਿਕਟ ਤੇ ਲੇਕਿਨ ਉਹਨੂੰ ਆਪ ਚਲਾ ਗਿਆ ਸੁਖਦੀਪ ਉਹ ਦੋਨੋਂ ਹੀ ਗਏ ਜਾ ਕੇ ਉਹਨਾਂ ਨੇ ਕਾਰਵਾਈ ਦੇਖੀ ਹਾਜ਼ਰੀ ਨਹੀਂ ਲਾਈ ਉਹ ਕਹਿੰਦੇ ਇਸ ਤੇ ਬਾਹਰ ਆ ਕੇ ਤੇ ਜਗਰੂਪ ਸਿੰਘ ਉਹ ਲੇ ਬਾਹਰ ਆ ਕੇ ਦੇਖੋ ਜੀ ਕਾਲੀ ਤੇ ਕਾਂਗਰਸੀ ਰਲ ਗਈ ਹੂੰ ਅਸਲ ਦੇ ਵਿੱਚ ਬਾਦਲ ਪਰਿਵਾਰ ਰਲ ਗਿਆ ਕਾਲੀ ਤੇ ਕਾਂਗਰਸੀ ਨਹੀਂ ਰਲੇ ਸੀ ਹੂੰ ਹੂੰ ਉੱਥੇ ਬਾਦਲ ਪਰਿਵ ਅਕਾਲੀ ਦਲ ਦੇ ਜਿਹੜੇ ਗੈਰਤਮੰਦ ਲੋਕ ਸੀਗੇ 4 ਹਮ ਹਮ ਜਿਨ੍ਹਾਂ ਦੇ ਵਿੱਚੋਂ ਮੈਂ ਤਾਰੀਫ ਕਰਨੀ ਚਾਹੂੰਗਾ ਜਿਹੜਾ ਮੁੰਡਾ ਇੱਥੇ ਹਰਪਾਲ ਢਿੱਲੋਂ ਹੈ ਉਹਨੇ ਕਿਹਾ ਜੀ ਅਸੀਂ ਤਾਂ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਵਾਂਗੇ ਸ਼ਹਿਰ ਦੇ ਲੋਕ ਕੀ ਚਾਹੁੰਦੇ ਉਹ ਵਿਕਾਸ ਚਾਹੁੰਦੇ ਵਿਕਾਸ ਹੋ ਨਹੀਂ ਰਿਹਾ ਅਸੀਂ ਤਾਂ ਇਹਦੇ ਬੁਖਲਾ ਵੋਟ ਪਾਵਾਂਗੇ ਮੈਨੂੰ ਤਾਂ ਜਾਣ ਲਈ ਸਭ ਇਹ ਵੀ ਜਾਣਕਾਰੀ ਮਿਲੀ ਹੈ ਹਮ ਕਿ ਹਰਪਾਲ ਸਿੰਘ ਢਿੱਲੋਂ ਨੂੰ ਵਾਰ-ਵਾਰ ਫੋਨ ਆ ਰਹੇ ਸੀ ਜੀ ਕਿ ਤੁਸੀਂ ਇਦਦਰ ਕਰਦੇ ਫੋਨ ਹੀ ਬੰਦ ਕਰ ਲਿਆ ਫੋਨ ਬੰਦ ਕਰ ਲਿਆ ਔਰ ਦੋ ਵੱਡੇ ਅਕਾਲੀ ਲੀਡਰ ਜਿਹੜੇ ਹੈਗੇ ਉਹ ਆ ਵੀ ਗਏ ਹਮ ਉਹਨੇ ਮਿਲ ਨਮਰਾਸ ਵੀ ਨਹੀਂ ਸਮਝਿਆ ਬੇ ਨਹੀਂ ਜੀ ਅਸੀਂ ਤਾਂ ਵੋਟਾਂ ਪਾਵਾਂਗੇ ਇਹ ਹੋਇਆ ਇੱਥੇ ਜਿੱਥੇ ਕੁੱਲ ਮਿਲਾ ਕੇ ਜੇ ਦੇਖੀਏ ਤੇ ਜਿਹੜੇ ਹਰੇ ਗਿਣਤੀਆਂ ਮਿੰਤੀਆਂ ਕਰੀ ਜਾਂਦੇ ਟੱਲੋ ਸਭੇ ਵੀ ਇੱਕ ਬਹੁਤ ਵੱਡੀ ਗੱਲ ਆਪਣੇ ਲਿਸਨਰਸ ਦੇ ਥਰੂ ਦੱਸਣਾ ਪੈਣਾ ਹੈ ਰੇਡੀਓ ਦੇ ਥਰੂ ਹੁਣ ਗਿਣਤੀਆਂ ਮਿੰਤੀਆਂ ਕਰਦੇ ਜੀ ਵੋਟਾਂ ਤਾਂ 26 ਸੀ ਇਹਨਾਂ ਕੋਲੇ ਤੇ ਕਹਿੰਦੇ ਕੋਰਟ ਜਾਊਗੀ 50 ਦਾ ਕਹਿੰਦੇ ਆਪਣੇ ਹਾਊਸ ਹੈ ਤੇ 2 3ਾਈ ਕਹਿੰਦੇ ਵੋਟਾਂ ਚਾਹੀਦੀਆਂ ਹਟਾਉਂਦੇ ਤੇ ਉਹ ਤਾਂ ਚਾਹੀਦੀਆਂ ਜੇ ਸਾਰੇ ਦੇ ਸਾਰੇ ਕਾਉਂਸਲਰ ਹਾਜ਼ਰ ਹੋਣ ਹਾਜ਼ਰ ਹੋਣ ਜਿਹੜਾ ਹਾਊਸ ਹੈ ਹਾਊਸ ਦੇ ਵਿੱਚ ਕਿੰਨੇ ਹੈ ਹੂੰ ਹਾਊਸ ਦੇ ਵਿੱਚ ਹਾਜ਼ਰ ਲੋਕਾਂ ਦਾ 2/3 ਚਾਹੀਦਾ ਹਾਂ ਉਹ ਹੁੰਦਾ ਹ ਹਾਜ਼ਰ ਤਾਂ ਉੱਥੇ 30 ਬੰਦੇ ਹੂੰ ਦੋ ਬੰਦੇ ਨੇ ਜਿਨ੍ਹਾਂ ਨੇ ਹਾਜ਼ਰੀ ਨਹੀਂ ਲਾਈ ਉਹ ਤਾਂ ਖਤਮ ਹਾਂ ਜੀ 30 ਦੇ 30 ਨੇ ਉਹਦੇ ਖਿਲਾਫ ਜਿਹੜਾ ਹੈਗਾ 100% ਵੋਟਾਂ ਬਾਤੀਆਂ ਹੂੰ ਹੂੰ ਦੋ ਤਿਹਾਈ ਕੀ ਉਹ ਤਾਂ ਜਿਹੜੇ ਹੈਗੇ 100% 100 ਬਟਾ 100 ਪੈ ਗਏ ਹੂੰ ਡਿਪਟੀਕ ਮਿਸ਼ਨਰੀ ਸ਼ੌਕਤ ਅਮਦ ਪਰੇਵੜਾ ਇੰਟੈਲੀਜੈਂਟ ਤੇ ਸਿਆਣਾ ਕਾਬਲ ਅਫਸਰ ਐ ਐਮਸੀਬੀ ਦੇ ਚ ਕਮਿਸ਼ਨਰ ਉਹ ਕਿਸੇ ਹਾਂ ਕਮਿਸ਼ਨਰ ਹੈ ਉਹਨਾਂ ਨੇ ਕੱਲ ਜਦੋਂ ਮੇਅਰ ਹਾਜ਼ਰ ਸੀ ਹੂੰ ਹੂੰ ਨਗਰ ਨਿਗਮ ਦੇ ਕੰਪਲੈਕਸ ਦੇ ਵਿੱਚ ਹਾਜ਼ਰ ਸੀ ਉਹ ਆਪਣੇ ਆਫਿਸ ਦੇ ਵਿੱਚ ਬੈਠੀ ਸੀ ਮੇਅਰ ਵਾਲੇ ਚ ਹਮਮ ਲੇਕਿਨ ਜਿਹੜਾ ਮੀਟਿੰਗ ਹਾਲ ਹੈ ਮੇਅਰ ਉੱਥੇ ਨਹੀਂ ਗਈ ਹਮਮ ਡਿਪਟੀ ਕਮਿਸ਼ਨਰ ਨੇ ਆਪ ਕਾਲ ਕੀਤੀ ਹਮ ਸਬੂਤ ਉਹਨਾਂ ਨੇ ਬੁਲਾਇਆ ਵੀ ਮੈਡਮ ਆਓ ਆ ਕੇ ਫੇਸ ਕਰੋ ਹਮ ਉਹ ਨਹੀਂ ਆਈ ਹਾਊਸ ਫੇਸ ਕਰੋ ਹਾਂ ਹਾਊਸ ਨੂੰ ਫੇਸ ਕਰੋ ਜੋ ਹਾਊਸ ਨੂੰ ਹਾਊਸ ਦੇ ਵਿੱਚੋਂ ਜਿਹੜੀ ਹੈਗੀ ਹੈ 100% ਹਾਊਸਲਡ ਨੂੰ ਲਾਂਭੇ ਕੀਤਾ ਵੇ ਉਹ ਜੋ ਮਰਜੀ ਹੈ ਗਿੰਤੀਆਂ ਮਿੰਤੀਆਂ ਕਰ ਰਹਾ ਹਾਈ ਕੋਰਟ ਦੀ ਸਾਹਦੇ ਮੇਰੇ ਖਿਆਲ ਸੁਪਰੀਮ ਕੋਰਟ ਚਲੇ ਜਾ ਇਹਨੂੰ ਤਾਂ ਕੁਝ ਵੀ ਨਹੀਂ ਕਿਉਂਕਿ ਜੇ ਉਹ ਆਪਦੇ 17 ਦਿਖਾ ਦਿੰਦੀ ਕਿਹਾ ਮੇਰੇ ਕੋਲ 17 ਹੈਗੀ ਹਾਂ ਉਹ ਫੇਰ ਗੱਲ ਵਿਗੜੀ ਫੇਰ ਉਹ ਕਹਿੰਦੀ ਵੀ ਆ ਮੇਰੇ ਕੋਲ 17 ਹੈਗੇ ਕਹੋ ਦਿਖਾਓ ਇਹਨਾਂ ਨੂੰ ਚੌਤੀ ਕਿੱਥੇ ਚੌਤੀ ਕਿੱਥੇ ਹਾਂ 17 ਉਹਦੇ ਵੀ ਉਹਦੇ ਨਾਲ ਹੈ ਨਹੀਂ ਹਾਲਾਂਕਿ ਭੰਨ ਤੋੜ ਕੀਤੀ ਆ ਅਕਾਲੀ ਦਲ ਵੱਲੋਂ ਵੀ ਹੋਇਆ ਕੁਝ ਦੂਜੇ ਪਾਸੇ ਕਾਂਗਰਸ ਵਾਲੇ ਪਾਸਿਓਂ ਵੀ ਹੋਇਆ ਉਹ ਸ਼ੋ ਬੰਦੇ ਜਿਨ੍ਹਾਂ ਨੇ ਮੋਜਾਂ ਲੰਘੀਆਂ ਮੋਜਾਂ ਲੰਘੀਆਂ ਉਹ ਬੰਦੇ ਵੀ ਕਹਿੰਦੇ ਜੀ ਆਸਾਨੀ ਪੁੱਲਦੇ ਮਨਪ੍ਰੀਤ ਸਿੰਘ ਬਾਦਲ ਦਾ ਤੁਹਾਨੂੰ ਪਤਾ ਵੀ ਸਰਕਾਰੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਈਆਂ ਦਾਨੇ ਵਾਲੀਆ ਜੀ ਗੱਲ ਇਹ ਆ ਕਿ ਬਾਦਲ ਪਰਿਵਾਰ ਨੇ ਸਮੁੱਚੇ ਬਾਦਲ ਪਰਿਵਾਰ ਨੇ ਆਪੋ ਆਪਣੇ ਤਰੀਕੇ ਦੇ ਨਾਲ ਪੂਰਾ ਜ਼ੋਰ ਲਾਤਾ ਹੂੰ ਹੂੰ ਤੇ ਮੈਂ ਇਹ ਹੁਣੇ ਸਿੱਧਾ ਦੱਸ ਦੇਣੀ ਚਾਹੂੰਗਾ ਰਾਜੇ ਬੜਿੰਗ ਨੂੰ ਹੂੰ ਕਿ ਰਾਜੇ ਬੜਿੰਗ ਨੇ ਉਹ ਵੀ ਕੱਲੇ-ਕੱਲੇ ਦੇ ਘਰ ਜਾ ਕੇ ਆਏ ਹੂੰ ਜਿਹੜੀ ਹੈ ਨੋ ਕੰਫੀਡੈਂਸ ਮੋਸ਼ਨ ਤੋਂ ਪਹਿਲਾਂ ਕੱਲੇ-ਕੱਲੇ ਕਾਂਗਰਸੀ ਦੇ ਘਰ ਜਾ ਕੇ ਹੌਸਲਾ ਦੇ ਕੇ ਆਏ ਹੂੰ ਤੇ ਜਿਹੜੀ ਉਹਨੇ ਗੱਲ ਕਹਿੰਦਾ ਸੀ ਕੱਲ ਉਹਨੇ ਫਿਰ ਉਹ ਕਹਿ ਵੀ ਦਿੱਤੀ ਉਹਨੇ ਕੱਲ ਅਸਲ ਦੇ ਵਿੱਚ ਜੇ ਦੇਖੀਏ ਹੁਣ ਐਟ ਪ੍ਰੈਜ਼ੈਂਟ ਜਿਹੜੀ ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਬਠਿੰਡੇ ਦੀ ਪੋਲਿਟਿਕਸ ਜਿਹੜੀ ਕਸਾਲੀ ਕਾਂਗਰਸੀ ਹੈ ਹੂੰ ਹੂੰ ਉਹਨਾਂ ਨੇ ਉਹਨੂੰ ਪ੍ਰਭਾਵਿਤ ਕੀਤਾ ਉਹਨਾਂ ਨੇ ਬਾਦਲ ਪਰਿਵਾਰ ਲਈ ਇੱਕ ਬਹੁਤ ਵੱਡੀ ਚੁਣੌਤੀ ਪੈਦਾ ਕਰਤੀ ਹੈ ਔਰ ਬਾਦਲ ਪਰਿਵਾਰ ਲਈ ਰਾਜਾ ਬੜਿੰਗ ਹੂੰ ਹੂੰ ਇੱਕ ਵੱਡੀ ਚੁਣੌਤੀ ਬਣ ਕੇ ਜਿਹੜਾ ਇਸ ਵੇਲੇ ਮੈਦਾਨ ਦੇ ਵਿੱਚ ਆ ਗਿਆ ਤੇ ਉਹਦੀ ਉਹਦੀ ਸਥਾਪਤੀ ਹੋ ਗਈ ਹੈ ਹੂੰ ਹੂੰ ਕਿ ਐਸ ਰਾਕੇ ਦੇ ਵਿੱਚ ਕੋਈ ਯਾਦ ਕਰੋ ਕਿਸੇ ਜਮਾਨੇ ਦੇ ਵਿੱਚ ਹਰਚਰਨ ਸਿੰਘ ਬਰਾੜ ਚੁਣੌਤੀ ਹੁੰਦਾ ਸੀ ਮਾਲ ਵਿੱਚ ਫਿਰ ਜਗਮੀ ਉਨੀ ਸੋਨੇ ਦੇ ਮਿਲਤ ਸੁਖਵੀਰ ਸਿੰਘ ਬਾਦਲ ਨੂੰ 5000 ਵੋਟਾਂ ਦੇ ਫਰਕ ਨਾਲ ਪਾਰਲੀਮੈਂਟ ਦੀ ਚੋਣ ਉਹਦੋਂ ਲੜਾਈ ਜਦੋਂ ਸੁਖਵੀਰ ਸਿੰਘ ਬਾਦਲ ਦਾ ਬਾਪ ਪੰਜਾਬ ਦਾ ਮੁੱਖ ਮੰਤਰੀ ਸੀਗਾ ਚਲੋ ਗੱਲਾਂ ਗਈਆਂ ਆਈਆਂ ਤੇ ਅੱਜ ਪ੍ਰੈਜ਼ੈਂਟ ਜਿਹੜੀ ਜਿਹੜੀ ਚੁਣੌਤੀ ਬਣ ਕੇ ਆਇਆ ਉੱਭਰਿਆ ਬੰਦਾ ਉਹ ਰਾਜਾ ਬੜਿੰਗੂ ਉਭਰਿਆ ਹੂੰ ਹੂੰ ਇਹਨੇ ਆਪ ਦਾ ਕਦ ਉੱਚਾ ਕੀਤਾ ਕੋਈ ਸ਼ੱਕ ਹੀ ਨਹੀਂ ਹੈ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਤੇ ਮੇਰੇ ਵੀਰ ਜਿਹੜੇ ਇਸ ਵਕਤ ਸਾਡੇ ਨਾਲ ਫੇਸਬੁਕ ਪੇਜ ਤੇ YouTube ਚੈਨਲ ਤੇ ਜੁੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਇਸ ਗੱਲਬਾਤ ਦੇ ਉ ਤੇ ਹੁਣ ਆ ਜੀਏ ਜੀ ਮਜੀਠੀਏ ਦਾ ਦੀਵਾਲੀ ਵਾਲਾ ਤੋਹਫਾ। ਓਰੀਬਨ ਖੁੱਲਿਆ ਕਿ ਨਹੀਂ ਡੱਬੇ ਤੋਂ। ਉਹ ਆਲਮ ਲੋਹਾਰ ਦਾ ਇੱਕ ਗੀਤ ਸੀ ਸ਼ਾਇਦ ਉਹਦੀ ਲੱਤ ਟੁੱਟ ਗਈ ਸੀ। ਹੂੰ। ਤੇ ਹਸਪਤਾਲ ਦੇ ਵਿੱਚ ਉਹ ਪਿਆ ਸੀ ਸ਼ਾਇਦ ਕਿ ਮੇਰਾ ਖਿਆਲ ਵੀ ਬਾਹਰ ਪਿਆ ਹੋਣਾ ਤੇ ਉਹਦੀ ਕੋਈ ਮਤਲ ਜੜੀ ਹੈਗੀ ਹੈ। ਬਾਤ ਨਾ ਪੁੱਛੇ। ਬਾਤ ਨਾ ਪੁੱਛੇ। ਹੂੰ ਹੂੰ। ਤੇ ਉਹਦਾ ਗੀਤ ਸੀ। ਵਾਜਾ ਮਾਰੀਆਂ। ਵਾਜਾ ਮਾਰੀਆਂ ਕੋਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ। ਕੱਲ ਵਾਜਾ ਵੀ ਮਾਰਦਾ ਰਿਹਾ ਮਜੀਠੀਆ ਤੇ ਕੋਇਆ ਵੀ ਕਈ ਵਾਰ। ਹਾਂ। ਲੇਕਿਨ ਕਿਸੇ ਨੇ ਫੋਨ ਦੀ ਘੰਟੀ ਨਹੀਂ ਸੁਣੀ ਘੰਟੀ ਨਹੀਂ ਸੁਣੀ ਘੰਟੀ ਆਪਰੇਟਰ ਨੇ ਤਾਂ ਸੁਣ ਲਈ ਸੀ ਹਮ ਹਮ ਕਿਉਂਕਿ ਜੋ ਗੱਲ ਕਹੀ ਸੀਗੀ ਬਿਕਰਮ ਮਜੀਠੀਏ ਨੇ ਹਮ ਹਮ ਇਹ ਗੱਲ ਕਦੋਂ ਕਹੀ ਸੀ ਜਦੋਂ ਦੀਵਾਲੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਮੰਤਰੀ ਮੰਡਲ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਜੀ ਦਾਨੇਲੀਆ ਸਾਹਿਬ ਆਪਾਂ ਇਹ ਦੇਖਦੇ ਰਹੇ ਹਾਂ ਅਤੀਤ ਵਿੱਚ ਬੀਤੇ ਸਮੇਂ ਦੇ ਵਿੱਚ ਜੀ ਕਿ ਜਦੋਂ ਕੋਈ ਤਿੱਥ ਤਿਉਹਾਰ ਦਾ ਦਿਨ ਆਉਂਦਾ ਹਰ ਬੰਦਾ ਆਪੋ ਆਪਣੇ ਮਾਜਨੇ ਮੁਤਾਬਕ ਗਿਫਟ ਵੀ ਲੈ ਕੇ ਜਾਂਦਾ ਹੈ ਕੋਈ ਕਾਰਡ ਲੈ ਕੇ ਜਾਂਦਾ ਤੇ ਉਹ ਜਾ ਕੇ ਦੁਆ ਸलाम ਕਰਕੇ ਆਉਂਦਾ ਹਮਮ ਲੇਕਿਨ ਇਹ ਪਹਿਲਾ ਮੌਕਾ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਆਪਣੇ ਨਿਵਾਸ ਦੇ ਵਿੱਚ ਬੈਠੇ ਤੇ ਟੋਟਲ ਮੰਤਰੀ ਮੰਡਲ ਹਮਮ ਜਿਹੜਾ ਹਾਜ਼ਰ ਸੀ ਚੰਡੀਗੜ੍ਹ ਦੇ ਵਿੱਚ ਉਹ ਕਹਿੰਦੇ ਜੀ ਆਪਾਂ ਚਲੋ ਦੀਵਾਲੀ ਦੀ ਮੁਬਾਰਕਬਾਦ ਕਹਿ ਕੇ ਆਈਏ ਹਮ ਉਹ ਦੀਵਾਲੀ ਦੇਣ ਵਾਲੀ ਗੱਲ ਤਾਂ ਨਹੀਂ ਹੈ ਤੋਹਫੀ ਤਾਂ ਨਹੀਂ ਕੋਈ ਲੈਣੀ ਉਹ ਤਾਂ ਸਿਰਫ ਦੀਵਾਲੀ ਦੀ ਮਤਲਬ ਜਿਹੜੀ ਹੈ ਵਿਸ਼ਸ ਜੀ ਦੇ ਨਾਸਤੇ ਵੀ ਚੰਗੇ ਆਪਾਂ ਗੁੱਡ ਵਿਸ਼ਸ ਲੈ ਕੇ ਜਾਈਏ ਹਮ ਤਾਂ ਉਹਦੇ ਵਿੱਚ ਸਾਰੇ ਮੰਤਰੀ ਮੰਡਲ ਦੇ ਵਿੱਚੋਂ ਤਿੰਨ ਜਾਣੇ ਗੈਰ ਹਾਜ਼ਰ ਸੀ ਜੀ ਸ਼ਾਇਦ ਉਹ ਚੰਡੀਗੜ੍ਹ ਚ ਨਾ ਹੋਣ ਮਰਦਾਂ ਦੇ ਵਿੱਚੋਂ ਸੀ ਕੁਲਦੀਪ ਸਿੰਘ ਢਾਲੀਵਾਲ ਐਨ ਆਰ ਆਈ ਮਿਨਿਸਟਰ ਜੀ ਬੀਬੀਆ ਦੋਨੋਂ ਹੀ ਹੈਰੀ ਸੀ ਬੀ ਡਾਕਟਰ ਬਲਜੀਤ ਕੌਰ ਜਿਹੜੇ ਸੋਸ਼ਲ ਵੈਲਫੇਅਰ ਦੇ ਮਿਨਿਸਟਰ ਹੈ ਜੀ ਤੇ ਸਰਸਪਟਾ ਮੰਤਰੀ ਜਿਹੜੇ ਹੈਗੇ ਆ ਬੀਬੀ ਅਨਮੋਲ ਗਗਨਮਾਨ ਜੀ ਜਦੋਂ ਇਹ ਲੋਕ ਗਏ ਸੀ ਸਾਰੇ ਦੇ ਸਾਰੇ ਤਿੰਨਾਂ ਦੀ ਤਸਵੀਰ ਬਾਹਰ ਆਈ ਹਾਂ ਉਸ ਤਸਵੀਰ ਦੇ ਉੱਤੇ ਪ੍ਰਤੀਕਰਮ ਦਿੰਦਿਆਂ ਵਿਕਰਮ ਮਜੀਠੀਆ ਨੇ ਕਿਹਾ ਸੀ ਜੀ ਜਿਹੜੇ ਤੁਹਾਨੂੰ ਅੱਜ ਦੇਣ ਵਾਸਤੇ ਆਏ ਆ ਵਧਾਈ ਮੁੱਖ ਮੰਤਰੀ ਜੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਅਨਮੋਲ ਰਤਨ ਹੈ ਤੁਹਾਡੇ ਜੀ ਇਹਨਾਂ ਦੇ ਵਿੱਚੋਂ ਇੱਕ ਰਤਨ ਦੀ ਮੇਰੇ ਕੋਲੇ ਇਹੋ ਜਿਹਾ ਕੇਸ ਹੈ ਹੂੰ ਹੂੰ ਕਿ ਜਦੋਂ ਮੈਂ ਤੁਹਾਡੇ ਸਾਹਮਣੇ ਕੀਤਾ ਤੇ ਤੁਸੀਂ ਉਸ ਚੀਜ਼ ਨੂੰ ਦੇਖ ਲਿਆ ਜੀ ਤਾਂ ਤੁਸੀਂ ਹੱਥ ਮਲਾਉਣਾ ਤਾਂ ਦੂਰ ਤੁਸੀਂ ਤਾਂ ਮਤਲਬ ਤੁਸੀਂ ਹੂੰ ਹੂੰ ਇਹ ਬੰਦੇ ਨੂੰ ਫੇਸ ਸੀ ਇਹਨੂੰ ਤਾਂ ਚੰਗੇ ਨਹੀਂ ਸਮਝਦੇ ਚੰਗਾ ਨਹੀਂ ਸਮਝਦੇ ਹਾਂ ਤੁਹਾਡੇ ਐਸੇ ਹੱਥ ਮਲਾਉਣਾ ਵੀ ਮੁਸ਼ਕਲ ਹੋ ਜਾਣਾ ਹੂੰ ਹੂੰ ਤੇ ਮੈਂ ਤੁਹਾਨੂੰ ਉਹ ਗਿਫਟ ਦੇਵਾਂਗਾ ਜੀ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਆਸ ਸੀ ਕਿ ਦਿਵਾਲੀ ਵਾਲੇ ਦਿਨ ਇਹ ਗਿਫਟ ਉਹ ਸ਼ਾਇਦ ਦੇ ਦੇਵੇ। ਹਮਮ ਲੇਕਿਨ ਦੁਆਲੀ ਵਾਲੀ ਦਿਨ ਨਹੀਂ ਆਇਆ। ਜੀ। ਕੱਲ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਆਪਾਂ ਨੂੰ ਸ਼ਾਮ ਨੂੰ ਪਤਾ ਲੱਗਿਆ ਸੀ ਪ੍ਰੈਸ ਕਾਨਫਰੰਸ ਕੀਤੀ ਹੈ ਲੇਕਿਨ ਉਸ ਵੇਲੇ ਡਿਟੇਲ ਨਹੀਂ ਸੀ। ਹਮਮ ਪ੍ਰੈਸ ਕਾਨਫਰੰਸ ਕੀਤੀ ਸਾਰੇ ਪੱਤਰਕਾਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਵੀ ਉਮੀਦ ਸੀ ਕਿਉਂਕਿ ਪਹਿਲਾਂ ਐਲਾਨ ਕਰਤਾ ਸੀ ਕਿ ਪ੍ਰੈਸ ਕਾਨਫਰੰਸ ਕਰਾਂਗੇ ਕਿ ਜੀ ਬਿਕਰਮ ਸਿੰਘ ਮਜੀਠੀਆ ਅੱਜ ਕੁਝ ਨਾ ਕੁਝ ਕਰੂਗਾ। ਕਰੂਗਾ। ਬੜਾ ਅੱਜ ਉਹ ਜਿਹੜੀ ਹੈਗੀ ਆ ਵੀਡੀਓ ਜਾਂ ਜਿਹੜੀ ਉਹਦੇ ਕੋਲੇ ਹੈਗੀ ਹੈ ਕੀ ਕਹਿੰਦੇ ਉਹਨੂੰ ਪੈਨ ਡਰਾਈਵ ਪੈਨ ਡਰਾਈਵ ਉਹ ਜਨਤਕ ਕਰ ਦੂਗਾ ਤੇ ਸਾਰਾ ਕੁਝ ਹੋ ਜਾ ਉਨੇ ਪ੍ਰੈਸ ਕਾਨਫਰੰਸ ਲਈ ਆਈ ਆਦੀ ਨਾਲ ਉਹਨੇ ਆਪਣੇ ਦੋ ਵਕੀਲ ਬਿਠਾਏ ਹੂੰ ਉਹਨਾਂ ਵਕੀਲਾਂ ਦੇ ਵਿੱਚੋਂ ਇੱਕ ਅਰਸ਼ਦੀਪ ਸਿੰਘ ਕਲੇਰ ਹੂੰ ਜਿਹੜਾ ਇਸ ਵੇਲੇ ਚੀਫ ਸਪੋਕਸਪਰਸਨ ਵੀ ਹੈ ਅਕਾਲੀ ਦਲ ਦਾ ਹੂੰ ਔਰ ਨਾਂਬਰ ਵਕੀਲ ਹੈ ਉਹ ਬਿਠਾਏ ਹੋਰ ਵਕੀਲ ਉਹਨੂੰ ਮੈਂ ਜਾਣਦਾ ਨਹੀਂ ਹੂੰ ਕਹਿੰਦਾ ਜੀ ਮੇਰੇ ਆਲੇ ਦੁਆਲੇ ਜੋਨੇ ਵਕੀਲ ਬੈਠੇ ਹੈ ਜੀ ਲਓ ਜੀ ਕਹਿੰਦੇ ਆ ਪਿਆ ਮੇਰੇ ਕੋਲ ਡੱਬਾ ਹੂੰ ਇਸ ਡੱਬੇ ਦੇ ਵਿੱਚ ਪਿਆ ਮਸਾਲਾ ਹੂੰ ਹੂੰ ਤੇ ਮਸਾਲਾ ਮੈਂ ਦੇਣਾ ਮੁੱਖ ਮੰਤਰੀ ਸਾਹਿਬ ਨੂੰ ਜੀ ਦੇ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਸਾਲੇ ਦੀ ਉਹ ਗੱਲ ਕਰਦਾ ਸੀ ਦੇਣਾ ਕਹਿੰਦਾ ਪਤਾ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਮਸਾਲਾ ਦੇਣ ਵਾਸਤੇ ਆ ਦੇਣ ਵਾਸਤੇ ਪਰ ਮੇਰੀ ਗੱਲ ਨਹੀਂ ਸੁਣ ਰਹੀ ਕੰਟੈਕਟ ਕਰੀ ਜਾਂਦੇ ਅਸੀਂ ਮੈਂ ਉਹ ਪਾਪਾ ਪਹਿਲੇ ਦਿਨ ਹੀ ਗੱਲ ਕਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਉਹ ਖੇਡ ਖੇਡੂਗਾ ਜਿਹੜੀ ਖੇਡ ਪਹਿਲਾਂ ਭਗਵੰਤ ਮਾਨ ਜੀ ਖੇਡਦੇ ਰਹੇ ਖੇਡ ਚੁੱਕੇ ਐ ਵੀ ਆਹ ਲਓ ਜੀ ਮੈਂ ਤਾਂ ਬੁਲਾਇਆ ਸੀ ਤੁਸੀਂ ਆਏ ਨਹੀਂ ਹੂੰ ਹੂੰ ਉਹਨੇ ਵੀ ਟਵੀਟ ਉਮੀ ਕੀਤਾ ਸੀ ਕਿ ਜੀ ਮੈਂ ਤੁਹਾਨੂੰ ਦੇਊਗਾ ਤੇ ਮੈਂ ਤੋ ਉਹ ਗਿਆ ਸੀਗਾ ਵੀ ਉਹ ਉਹਨੇ ਜਨਤਕ ਨਹੀਂ ਕਰਨਾ ਉਹਨੇ ਕਿਹਾ ਜੀ ਆਓ ਲੈ ਲਓ ਮੈਂ ਤੁਹਾਨੂੰ ਦਿਨਾ ਮੁੱਖ ਮੰਤਰੀ ਸਾਹਿਬ ਨੇ ਟਾਈਮ ਨਹੀਂ ਦੇਣਾ ਮੁੱਖ ਮੰਤਰੀ ਸਾਹਿਬ ਨੇ ਮਿਲਣਾ ਨਹੀਂ ਤੇ ਫਿਰ ਉਹਨੇ ਕਿਹਾ ਜੀ ਮੈਂ ਹੁਣ ਕੀ ਕਰਾਂ ਹੂੰ ਹੂੰ ਮੁੱਖ ਮੰਤਰੀ ਸਾਹਿਬ ਤਾਂ ਦਿੰਦੇ ਨਹੀਂ ਤੇ ਫਿਰ ਉਹਨੇ ਗੱਲ ਕਰਨੀ ਤੇ ਗੱਲ ਕੱਲ ਉਹਨੇ ਉਸੇ ਤਰੀਕੇ ਨਾਲ ਉਸੇ ਲਾਈਨ ਤੇ ਗੱਲ ਕੀਤੀ ਹੂੰ ਹੂੰ ਮੈਂ ਤਾਂ ਨਹੀਂ ਕਹਿੰਦਾ ਵੀ ਉਹਨੇ ਆਪਣਾ ਪ੍ਰੋਗਰਾਮ ਸੁਣ ਲਿਆ ਸੀ ਆਪਾਂ ਐਨਲਿਸਿਸ ਕੀਤਾ ਸੀ ਕਿ ਉਹ ਬੰਦੇ ਦੀ ਫਿਤਰਤ ਕੀ ਹੈ ਹੂੰ ਹੂੰ ਉਹ ਕਿੰਨਾ ਇੰਟੈਲੀਜੈਂਟ ਹੈ ਉਹ ਕਿਸ ਟੈਗ ਦੇ ਨਾਲ ਘੇਰੇ ਚ ਲਾਊਗਾ ਉਹ ਕਹਿੰਦਾ ਜੀ ਮੈਂ ਸਾਰਾ ਕੁਝ ਲੈ ਕੇ ਆ ਗਿਆ ਹੈ ਤੇ ਫਿਰ ਉਹਨੇ ਲਿਆ ਡੀਜੀਪੀ ਸਾਫ ਦਾ ਨਾਮ ਅੱਛਾ ਜੀ ਕਿ ਗੌਰਵ ਯਾਦਵ ਜੀ ਤੁਹਾਨੂੰ ਤਾਂ ਪਤਾ ਸਾਰਾ ਕੁਝ ਹੈ ਦੱਸ ਦਿਓ ਮੁੱਖ ਮੰਤਰੀ ਸਾਹਿਬ ਨੂੰ ਕਿ ਮੀਟਿੰਗ ਆ ਗਿਆ ਜੀ ਤੇ ਫਿਰ ਉਹਨੇ ਜਿਹੜੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਉਹਨਾਂ ਦੇ ਕੋਲੇ ਅੱਜ ਕੱਲ ਇੰਟੈਲੀਜੈਂਸ ਦਾ ਹਮ ਹਮ ਚਾਰਜ ਵੀ ਹੈ ਜੀ ਵਿਰਿੰਦਰ ਕੁਮਾਰ ਜੀ ਉਹਨਾਂ ਦਾ ਨਾਮ ਵੀ ਲਿਆ ਕਿ ਵਿਰਿੰਦਰ ਕੁਮਾਰ ਜੀ ਤੁਸੀਂ ਵੀ ਦੱਸ ਦਿਓ ਹਾਂ ਹਾਂ ਫਿਰ ਉਹ ਕਹਿੰਦੇ ਪਤਾ ਤਾਂ ਸਾਰਾ ਹੈ ਟੀਵੀ ਚੈਨਲਾਂ ਨੂੰ ਕਹਿੰਦੇ ਵੀ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਨਹੀਂ ਤਾਂ ਫਿਰ ਕਲੇਰ ਸਾਹਿਬ ਨੂੰ ਕਹਿੰਦੇ ਵੀ ਐਂ ਕਰੋ ਜੀ ਫਿਰ ਹਮ ਹਮ ਮੁੱਖ ਮੰਤਰੀ ਸਾਹਿਬ ਦਾ ਨੰਬਰ ਤਾਂ ਮਲਾਉ ਹੂੰ ਕਲੇਰ ਸਾਹਿਬ ਫਿਰ ਮੁੱਖ ਮੰਤਰੀ ਸਾਹਿਬ ਦੇ ਰੈ residense ਦਾ ਨੰਬਰ ਮਲਾਉਦੇ ਹੂੰ ਉੱਥੋਂ ਇੱਕ ਬੰਦਾ ਹੈਲੋ ਕਹਿੰਦਾ ਹਾਂਜੀ ਉਹ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਗੱਲ ਕਰਨੀ ਚਾਹਣਗੇ ਜੇ ਗੱਲ ਕਰੋ ਹੂੰ ਬਿਕਰਮ ਸਿੰਘ ਮਜੀਠੀਆ ਤੋਂ ਮੋਬਾਈਲ ਫੋਨ ਫੜ ਲੈਂਦਾ ਜੀ ਕੌਣ ਬੋਲਦੇ ਹੋ ਹੂੰ ਅੱਗੋਂ ਬੰਦਾ ਬੋਲਦਾ ਕੁਲਤਾਰ ਸਿੰਘ ਹੂੰ ਕੁਲਤਾਰ ਸਿੰਘ ਬੋਲਦੇ ਹੂੰ ਕਹਿੰਦਾ ਜੀ ਇਹ ਕੁਲਤਾਰ ਸਿੰਘ ਬੋਲ ਰਿਹਾ ਹੈ ਕੌਣ ਹੈ ਭਾਈ ਤੂੰ ਹੂੰ ਕਹਿੰਦਾ ਜੀ ਮੈਂ ਟੈਲੀਫੋਨ ਆਪਰੇਟਰ ਕਹਿੰਦਾ ਜੀ ਫਿਰ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਓ ਕਹਿੰਦਾ ਲਓ ਜੀ ਕਰਾ ਦਿੰਨਾ ਉਹਨੇ ਮੁੱਖ ਮੰਤਰੀ ਵਾਲੇ ਪਾਸੇ ਹੂੰ ਕਹਿੰਦੇ ਸੀ ਗੱਲ ਕਰਾਉਣ ਵਾਸਤੇ ਉਹਨਾਂ ਨੇ ਟੱਲੀ ਮਾਰੀ ਉਹ ਟੱਲੀ ਜਿਹੜੀ ਜੀ ਜਦੋਂ ਟੱਲੀ ਮਾਰੀ ਹੂੰ ਹੂੰ ਆ ਆ ਟੱਲੀ ਮਾਰੀ ਤੇ ਉਹ ਅਗਾ ਟਲੀ ਸ਼ਾਇਦ ਮੁੱਖ ਮੰਤਰੀ ਸਾਹਿਬ ਵਾਲੇ ਪਾਸੇ ਗਈ ਹੋਵੇ ਜਿੱਥੇ ਉਹ ਬੈਠੇ ਹੋਣਗੇ ਆਪਣੇ ਰੂਮ ਦੇ ਵਿੱਚ ਕਮਰੇ 'ਚ ਜੋ ਵੀ ਆਫਿਸ ਹਾ ਉਹਨਾਂ ਦਾ ਹੂੰ ਹੂੰ ਜਿੱਥੇ ਵੀ ਬੈਠੇ ਸੀ ਮੁੱਖ ਮੰਤਰੀ ਸਾਹਿਬ ਤੇਦਰ ਮੀਡਿਕ ਬਦਨਾਸਰ ਨੂੰ ਉਹ ਤਾਂ ਬਰੋਇੰਦ ਨੂੰ ਇੰਟਰ ਗੱਲ ਕਰਦੇ ਨੇ ਪਹਿਲਾਂ ਹਾਂ 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 ਫਿਰ ਉਹ ਪੈਚ ਕਰਦੇ ਪਰ ਉਹ ਫਿਰ ਬਿਕਰਮ ਮਜੀਠੀਆ ਬੋਲ ਰਿਹਾ ਸੀ ਨਾ ਉਹ ਕਹਿੰਦਾ ਯਾਰ ਇਹਦਾ ਗਾਣਾ ਸੁਣਾਈ ਜਾਂਦੀ ਹੈ ਹਮਮਬ ਗਾਣਾ ਨਹੀਂ ਸੁਣ ਗੱਲ ਕਰਾ ਦਿਓ ਹਮ ਤਾਂ ਫਿਰ ਉਹ ਕਹਿੰਦੇ ਆ ਕਹਿੰਦੇ ਜੀ ਆਪਰੇਟਰ ਸਾਹਿਬ ਨੇ ਕਹਿਤਾ ਹਮ ਸੁਣਦਾ ਸੀ ਆਵਾਜ਼ ਉੱਚੀ ਆ ਰਹੀ ਸੀ ਜੀ ਮੁੱਖ ਮੰਤਰੀ ਸਾਹਿਬ ਦਫ਼ਤਰ ਚਲੇ ਗਏ ਹਮ ਹਮ ਹੈ ਨਹੀਂ ਉਹ ਫਿਰ ਕਹਿੰਦੇ ਭਾਈ ਫਿਰ ਦਫ਼ਤਰ ਬੁਲਾ ਲਾ ਹਮ ਘਾ ਦਫ਼ਤਰ ਵਾਲੀ ਜਿਹੜੀ ਉਹ ਟੱਲੀ ਵੱਜ ਗਈ ਟੱਲੀ ਵੱਜ ਨਹੀਂ ਕਿਉਂ ਚੱਕੇ ਨਹੀਂ ਕਿਸੇ ਨੇ ਹਮ ਹਮ ਹੁਣ ਮੁੱਖ ਮੰਤਰੀ ਦਫ਼ਤਰ ਦੇ ਵਿੱਚੋਂ ਨਾ ਚੱਕਿਆ ਜਾਵੇ ਮੇਰੇ ਖਿਆਲ ਮੁਤਾਬਕ ਮਜੀਠੀਆ ਜੋ ਚਾਹੁੰਦਾ ਸੀ ਉਹ ਹੋ ਗਿਆ ਉਹਨੇ ਦਿਖਾਤਾ ਫਿਰ ਮੀਡੀਆ ਵਾਲਿਆਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਜੀ ਤੁਸੀਂ ਇਹਨੂੰ ਜਗ ਜाहिर ਨਹੀਂ ਕਰਦੇ ਉਹ ਕਹਿੰਦੇ ਯਾਰ ਮੈਂ ਜਗ ਜाहिर ਕਿਉਂ ਕਰਾਂ ਹੂੰ ਪਹਿਲੀ ਗੱਲ ਤਾਂ ਮੈਂ ਨੈਤਿਕ ਤੌਰ ਪੱਖੋਂ ਇਹਨਾਂ ਗਿਰਿਆ ਹੋਇਆ ਨਹੀਂ ਕਿ ਮੈਂ ਇਹ ਜੀ ਚੀਜ਼ ਦਿਖਾਵਾਂ ਮੈਂ ਆਪ ਦੇਖ ਲਈਏ ਮੈਂ ਨਹੀਂ ਦਿਖਾਉਣਾ ਚਾਹੁੰਦਾ ਭਾਈ ਨਹੀਂ 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 ਅਸੀਂ ਸ਼ਿਸ਼ਟਾਚਾਰ ਦਾ ਖਿਆਲ ਰੱਖਦੇ ਹੂੰ ਹੂੰ ਦੂਜੀ ਗੱਲ ਉਹ ਕਹਿੰਦਾ ਯਾਰ ਨਿਆਣਾ ਮੇਰਾ ਛੋਟਾ ਹੈ ਹੂੰ ਉਹਦੀ ਮੈਂ ਕਰਾਉਣੀ ਹੈ ਐਡਮਿਸ਼ਨ ਹੂੰ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਹੂੰ ਅੱਗੇ ਕਹਿੰਦਾ ਬੰਟੀ ਨੂੰ ਮਾੜੀ ਨੂੰ ਦੇਈ ਦਿੱਤਾ ਹੂੰ ਹੂੰ 4 ਸਾਲ 5 ਸਾਲ ਪੁਰਾਣਾ ਕਹਿੰਦਾ ਉਹਨੂੰ ਕੋਈ ਟਵੀਟ ਕਰਤਾ ਫਿਰ ਮੈਨੂੰ ਦੇ ਦੇਣਗੇ ਹੂੰ ਆਪਦੇ ਬਾੜੀ ਦਾ ਨਾਂ ਨਹੀਂ ਲਿਆ ਸੁਖਪਾਲ ਕਹਿੰਦਾ ਉਹ ਵੀ ਤਾਂ ਸੁਖਪਾਲ ਕਹਿੰਦਾ ਵੀ ਤਾਂ ਇਸੇ ਚੱਕਰ ਦੀ ਬੈਠਾ ਨਾ ਵੀ ਉਹ ਵੀ ਪਾਉਂਦਾ ਸੀ ਉਹਨੇ ਕਰ ਕਰਾ ਕੇ ਕਹਿੰਦਾ ਜੀ ਲਓ ਮੈਂ ਹੁਣ ਤੁਹਾਡੇ ਸਾਹਮਣੇ ਸਾਰੀ ਗੱਲ ਕਰਤੀ ਐ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਟ ਕਰਤਾ ਵੀ ਕਦੋਂ ਲੈਣਗੇ ਨਹੀਂ ਫਿਰ ਉਹ ਤੋਂ ਬਾਅਦ ਕਹਿੰਦਾ ਫਿਰ ਮੈਂ ਦੇਖੂਗਾ ਵੀ ਹੋਰ ਤੌਰ ਤਰੀਕਾ ਕੀ ਅਪਣਾਉਣਾ ਫਿਰ ਗੱਲ ਤਾਂ ਆਪਾਂ ਕਰਾਵਾਂਗੇ ਹੂੰ ਹੂੰ ਪਰ ਕਦੇ ਮੁੱਖ ਮੰਤਰੀ ਸਾਹਿਬ ਆਪ ਦਾ ਭਾਰ ਮੁਕਤ ਹੋ ਜਾਣ ਬੜਾ ਭਾਰ ਚੱਕੀ ਫਿਰਦੇ ਆ ਇਹ ਬੰਦੇ ਜਿਹੜੇ ਹੈ ਨੇ ਉਹਨਾਂ ਦੇ ਨਾਲ ਜਿਹੜੇ ਲੱਲੇ ਆ ਬੰਦੇ ਹੂੰ ਉਹਨੂੰ ਪਤਾ ਤਾਂ ਤੁਹਾਨੂੰ ਵੀ ਇਹ ਤੇ ਮੈਨੂੰ ਵੀ ਇਹ ਵੀ ਬੰਦਾ ਕੌਣ ਹੈ ਕੌਣ ਹੈ ਬਿਲਕੁਲ ਮੈਨੂੰ ਕੱਲ ਅਫੀਸ਼ਲ ਸਰਕਲਸ ਤੋਂ ਪਤਾ ਲੱਗਿਆ ਸੀ ਮੈਂ ਫਿਰ ਆਪਣੇ ਸੋਰਸਸ ਲਾ ਕੇ ਦੇਖਿਆ ਵੀ ਇਹ ਦੁਆਬੇ ਚੋਂ ਬੋਲਦਾ ਨਹੀਂ ਦੁਆਬੇ ਚੋਂ ਨਹੀਂ ਬੋਲਦਾ ਵੀ ਕੱਲ ਫਿਰ ਚੰਡੀਗੜ੍ਹ ਦਫ਼ਤਰਾਂ ਦੇ ਵਿੱਚ ਵੀ ਨਿਗ੍ਹਾਵਰੀ ਨਾਲ ਕਿਹੜਾ ਬੰਦਾ ਗੈਰ ਹਾਜ਼ਰ ਹੈ ਹੂੰ ਉਹ ਪਤਾ ਲੱਗਿਆ ਸੀ ਕਿ ਪਿਛਲੇ 48 ਘੰਟਿਆਂ ਦੇ ਵਿੱਚੋਂ ਇੱਕੋ ਮੰਤਰੀ ਗੈਰ ਹਾਜ਼ਰ ਸੀ ਆਪਦੇ ਦਫ਼ਤਰ ਨਹੀਂ ਆਇਆ ਹੂੰ ਸ਼ਾਮ ਜੇ ਨੂੰ ਫਿਰ ਆਪਣੇ ਮਿੱਤਰ ਹੈ ਮਾਲਵੇਦਰ ਸਿੰਘ ਕੰਘੋਰੀ ਜਿਹੜੇ ਸਪੋਕਸਪਰਸ ਨੇ ਉਹਨਾਂ ਦੇ ਹੂੰ ਹੂੰ ਉਹਨਾਂ ਨੇ ਕਹਿਤਾ ਜੀ ਬਿਕਰਮ ਮਜੀਠੀਆ ਜੇ ਸਬੂਤ ਦੇਣਗੇ ਤਾਂ ਅਸੀਂ ਕਾਰਵਾਈ ਕਰਾਂਗੇ ਮੰਤਰੀ ਦੇ ਖਿਲਾਫ ਹੂੰ ਹੂੰ ਹੁਣ ਬਿਕਰਮ ਮਜੀਠੀਆ ਸਬੂਤ ਤਾਂ ਲਈ ਫਿਰਦਾ ਤਾਂ ਲਵੇ ਵੀ ਕੋਣ ਲਵੇ ਵੀ ਕੌਣ ਉਹ ਕਿਵੇਂ ਬਾਈਬਲ ਗੋਲੀ ਕਾਂਡਾ ਵਾਲੇ ਸਬੂਤ ਚੱਕੀ ਫਿਰਦੇ ਜਸਟਿਸ ਹਾਂਜੀ ਲਵੇ ਵੀ ਕੌਣ ਆ ਜਸਟਿਸ ਜੋਰਾ ਸਿੰਘ ਲੈ ਕੇ ਗਿਆ ਸੀ ਕੋਈ ਫੜਨ ਵਾਸਤੇ ਤਿਆਰ ਨਹੀਂ ਸੀ ਤਿਆਰ ਨਹੀਂ ਸੀ ਹੁਣ ਇਹ ਸਥਿਤੀ ਬਣੀ ਵੀ ਹੈ ਪਰ ਇਹਦੇ ਵਿੱਚੋ ਜਿਹੜੀ ਹੈਗੀ ਆ ਗੱਲ ਵੀ ਬਿਕਰਮ ਮਜੀਠੀਆ ਜਿਵੇਂ ਆਪਾਂ ਕਹਿੰਦੇ ਸੀ ਕਿ ਬੰਦਾ ਤੇਜ ਹੈ ਤਿੱਖਾ ਤਰਾੜਾ ਉਹਨੇ ਕੱਲ ਆਪਣੀ ਇੱਕ ਬਗੈਰ ਕਿਸੇ ਨੂੰ ਕੋਈ ਦਿਖਾਇਆ ਉਹਨੇ ਮਤਲਬ ਝੁਰੂ ਉਹ ਜਿਵੇਂ ਚੁਰਲੂ ਕਹਿੰਦਾ ਨਾ ਮਦਾਰੀਆਂ ਵਾਲਾ ਮਦਾਰੀਆਂ ਵਾਲਾ ਚੁਰਲੂ ਉਹ ਚੁਰਲੂ ਲਈ ਫਿਰਦਾ ਚੁਰਲੂ ਕਹਿੰਦਾ ਚੁਰਲੂ ਹੈ ਮੇਰੇ ਕੋਲ ਚੁਰਲੂ ਦੇਖ ਲਓ ਬੈਂਟਾ ਮਗਰੋਂ ਫੂਕ ਮਾਰ ਦਿੰਦਾ ਫੂਕ ਮਾਰ ਦੇਣਾ ਵੀ ਆ ਦੇਖੋ ਜੀ ਆ ਚੁਰਲੂ ਆ ਨਾ ਜਿਹੰਦਾਰੇ ਨਾ ਪਰ ਉਹਨੇ ਕਹਿੰਦਾ ਹੋਰ ਵੀ ਕਹੀ ਕਹਿੰਦਾ ਯਾਰ ਮੇਰੇ ਘਰੇ ਨਾ ਕਿਤੇ ਰੂਟ ਕਰ ਲਿਓ ਵੀ ਇਹ ਤਾਂ ਚੁਰਲੂ ਫੜ ਲਏਗੇ ਉਹ ਚੁਰਲੂ ਕਹਿੰਦੇ ਕੈਨੇਡਾ ਤੱਕ ਵੀ ਪਹੁੰਚ ਗਿਆ ਉਹ ਹਾਂ ਪਹੁੰਚ ਗਿਆ ਤਾਂ ਪਹੁੰਚ ਰਿਹਾ ਇਸ ਵਾਰ ਕਰਕਰਾਂ ਕੋਲੇ ਤਾਂ ਕਹਿੰਦੇ ਪਹੁੰਚ ਗਿਆ ਹਾਂ ਪਹੁੰਚ ਗਿਆ ਹੁਣ ਜਰੂਰ ਤਸੱਲੀ ਬਖਸ਼ ਕਰਕਰਾਂ ਕੋਲੇ ਪਹੁੰਚ ਗਿਆ ਮੈਨੂੰ ਕੈਨੇਡਾ ਤੋਂ ਖ ਆ ਤਾਂ ਕੈਨੇਡਾ ਦੇ ਸਰੀ ਦੇ ਪੱਤਰਕਾਰਾਂ ਨੂੰ ਉਹਨਾਂ ਨੇ ਆਪਦੇ ਮੋਬਾਈਲ 'ਚ ਦਿਖਾਤਾ ਵੀ ਆਹ ਦੇਖ ਲਓ ਇਹਦੇ ਉੱਤੇ ਕੋਈ ਗੱਲ ਕਰਨੀ ਤਾਂ ਕਰ ਲਿਓ। ਨਹੀਂ ਮੇਰੇ ਖਿਆਲ ਮੁਤਾਬਕ ਦਾਨੀ ਵਾਲਿਆ ਸਾਹਿਬ ਉਹ ਗੱਲ ਇਹ ਹੈ ਕਿ ਇੱਥੇ ਆਪਣੇ ਆਈਟੀ ਐਕਟ ਉਹ ਤੋਂ ਹੀ ਲੱਗ ਜਾਂਦਾ ਹੈ। ਉਹ ਤਾਂ ਕਹਿੰਦੇ ਨੇ ਨਾ ਵੀ ਸਿਆਟੇ ਖਤਮ ਕਰਤੀ ਪਰ ਜੇ ਹੱਥਾਂ ਦੇ ਉਹ ਤਾਂ ਬਾਅਦ ਦੀ ਗੱਲ ਹੈ ਜੇ ਜਿਉਂਦੇ ਬੰਦਾ ਬੰਦੇ ਦੇ ਉੱਤੇ ਕਤਲ ਕਰਤੋਂ ਕਤਲ ਮਾਰ ਜੇ ਜਿਉਂਦੇ ਬੰਦਾ ਮਰਿਆ ਨਹੀਂ ਪਰ ਫਿਰ ਵੀ ਕਰੀਏ ਇਹ ਬੇਇਜ਼ਦ ਕਤਲ ਦਾ ਪਰਚਾ ਦਿੱਤਾ। ਇੱਥੇ ਸਾਰਾ ਕੁਝ ਹੀ ਹੁੰਦਾ। ਇੱਥੇ ਸਾਰਾ ਕੁਝ ਹੋ ਸਕਦਾ ਹੈ। ਮੈਨੂੰ ਲੱਗਦੀ ਹੈ ਕਿ ਜਿਹੜੀ ਇਹ ਜਿਹੜੀ ਪਿੱਲੇ ਮੈਨਾਂ ਉਹ ਫਿਰ ਮੇ ਰਿਲੀਜ਼ ਹੀ ਜਿਹੜੀ ਹੈਗੀ ਵਿਦੇਸ਼ੋਂ ਹੋ ਵਿਦੇਸ਼ੋਂ ਹੋਵੇ ਔਰ ਉਹ ਵਿਦੇਸ਼ ਦੇ ਵਿੱਚੋਂ ਜਿਹੜੇ ਪੱਕੇ ਵਰਕਰ ਆ ਉਹ ਕਰ ਦੇਣਗੇ ਹਾਂ ਹਾਂ ਬਾਕੀ ਬਿਕਰਮਜੀਤ ਜੀ ਦੇ ਬੇਲੀ ਤੇ ਬੈਠੇ ਉੱਥੇ ਪਹਿਲੇ ਸਾਰੇ ਬੈਠੇ ਤੇ ਤੇ ਤੁਹਾਨੂੰ ਸਮਝ ਸਿਰੋਂ ਲਈ ਰਪੇਸ ਜੀਪੀਸੀ ਨੇ ਚੋਣਾ ਤਾਂ ਕੰਦੇ ਫੇਰ ਅੱਗੇ ਕਰਤੀਆਂ ਜੀ ਗਿਆ ਕੰਮ ਅੱਗੇ ਨੂੰ ਕਦੋਂ ਦੇਖੋ ਐਸ்சிਪੀਸੀ ਦੀਆਂ ਚੋਣਾ ਪਹਿਲਾਂ ਸੀਗੀਆਂ ਕਿ ਕੱਲ ਹੀ ਸੀ ਮੇਰੇ ਖਿਆਲ ਲਾਸਟ ਡੇਟ 15 ਤਾਰੀਖ ਜੀ केजी ਵੋਟਾਂ ਬੰਨਦੀ ਤੇ ਵੋਟਾਂ ਦੀ ਸਪੀਡ ਬੜੀ ਘਟ ਹੈ ਹੂੰ ਹੂੰ ਫਿਰ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਜਾ ਕੇ ਬੇਨਤੀ ਕੀਤੀ ਸੀਗੀ ਚੀਫ ਇਲੈਕਸ਼ਨ ਕਮਿਸ਼ਨਰ ਐ ਜਿਹੜੇ ਜੀ ਜਸਟਿਸ ਅਸਸ ਸਰੋਂ ਜੀ ਇਹ ਡੇਟ ਵਧਾ ਦਿਓ ਹੂੰ ਹੂੰ ਇਹ ਤਾਂ ਜਿਹੜੀ ਸੀਗੀ ਉਹ ਅਖਬਾਰਾਂ ਚ ਵੀ ਖਬਰ ਆ ਗਈ ਸੀ ਕਿ ਉਹਨਾਂ ਨੇ ਡਿਮਾਂਡ ਕੀਤੀ ਹੈ ਲੇਕਿਨ ਡਿਮਾਂਡ ਕਰਨ ਦੇ ਢੰਗ ਤਰੀਕੇ ਬੜੇ ਹੋਰ ਹੁੰਦੇ ਜੀ ਤੇ ਉਹ ਢੰਗ ਤਰੀਕੇ ਵੀ ਹੁੰਦਾ ਕਿ ਜਿਹੜੀ ਚੋਰ ਮੋਰਗੋਂ ਅਮਿਤ ਸ਼ਾਹ ਹਰਨਾਂ ਨਾਲ ਗੱਲ ਹੋ ਗਈ ਤੇ ਕੱਲ ਸ਼ਾਮੀ ਫਿਰੇ ਸੁਨੇਹਾ ਆ ਗਿਆ ਸੀ ਜੀ ਕਹਿੰਦੇ ਜੀ ਪੰਜਾਬ ਸਰਕਾਰ ਨੂੰ ਚਿੱਠੀ ਆ ਗਈ ਹੈ ਹੂੰ ਹੂੰ ਕਿ ਇਹ ਜਿਹੜੀ ਡੇਟ ਐ ਐਕਸਟੈਂਡ ਕੀਤੀ ਜਾਂਦੀ ਐ 29 ਫਰਵਰੀ ਤੱਕ ਜੀ ਲੀਪ ਦਾ ਸਾਲ ਐ ਮੇਰਾ ਖਿਆਲ ਲੀਪ ਦਾ ਸਾਲ 29 ਦਾ ਹੁੰਦਾ ਐ ਹੂੰ ਹੂੰ ਇਸ ਕਰਕੇ 29 ਫਰਵਰੀ ਤੱਕ ਹੋ ਗਿਆ ਜੀ 29 ਫਰਵਰੀ ਤੱਕ ਹੁਣ ਤੁਸੀਂ ਅਸੀਂ ਜਿਹੜੇ ਲੋਕਾਂ ਨੇ ਵੋਟਾਂ ਬਣਾਉਣੀਆਂ ਐ ਵੈਸੇ ਆਪਾਂ ਤਾਂ ਦੋਨੇ ਨਹੀਂ ਉਹਦੇ ਚਾਹੁੰਦੇ ਆਪਾਂ ਸਬੂਤ ਸਿੱਖਣਗੇ ਜਿਹਨਾਂ ਸਬੂਤ ਸਿੱਖਾ ਨੇ ਬੀਬੀਆਂ ਨੇ ਆਪਣੀਆਂ ਵੋਟਾਂ ਬਣਾਉਣੀਆਂ ਉਹ 29 ਹੂੰ ਹੂੰ ਫਰਵਰੀ ਤੱਕ ਆਪਣੇ ਫਾਰਮ ਭਰ ਕੇ ਦੇ ਸਕਦੇ ਜੀ ਸਕਦੇ ਹੂੰ ਹੂੰ ਚਲੋ ਉਹ ਦੇ ਦੇਣਗੀ ਸਵਾਲ ਇਹ ਕਿ ਹੁਣ ਇਹ ਬੋਟਾਂ ਪੈਣਗੀਆਂ ਕਦੋਂ ਕੀ ਇਹ ਬੋਟਾਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਪੈ ਜਾਣਗੀਆਂ ਪਹਿਲਾਂ ਆਪਣੀ ਸਮਝ ਸੀ ਕਿ ਸ਼ਾਇਦ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਪੈ ਜਾਣ ਜੀ ਔਰ ਇਹਦੇ ਤੇ ਇੱਕ ਵਾਰੀ ਫੇਰ ਜਿਹੜੀ ਹੈਗੇ ਕਿਉਂਕਿ ਸਪਲਿੰਟਰ ਅਕਾਲੀ ਜਿਹੜੇ ਗਰੁੱਪ ਹੈ ਉਹ ਕਮਜ਼ੋਰ ਹੈ ਜੀ ਉਹਨਾਂ ਦੀ ਪੈਣ ਪੰਜਾਬ ਜਿਹੜੀ ਹੈ ਅਪਰੋਚ ਹੈ ਨਹੀਂ ਕਿ ਪੈਣ ਪੰਜਾਬ ਅਪਰੋਚ ਅਕਾਲੀ ਦਲਦੀ ਹੈ ਬਾਦਲਦੀ ਹੈ ਭਾਵੇਂ ਇਹਨਾਂ ਦੇ ਕੋਲੇ ਸੀਟਾਂ ਤੇ ਨਹੀਂ ਹੂੰ ਲੇਕਿਨ ਬਰਕਰ ਇਹਨਾਂ ਦੇ ਹਰਥਾਂ ਦੇ ਉੱਤੇ ਬੈਠੇ ਬੋਟਾ-ਬੂਟਾ ਆਪਦੀਆਂ ਬਣਾ ਜਾਣਗੇ ਜੀ ਔਰ ਉਹ ਵੋਟਾਂ ਬਣਾਉਣ ਤੋਂ ਬਾਅਦ ਇਹ ਇਲੈਕਸ਼ਨ ਜਿੱਤਦੇ ਹੈ ਤੇ ਫਿਰ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਬਣ ਜਾਂਦੇ ਦੀ ਪਰਸੈਪਸ਼ਨ ਬਣ ਜਾਂਦੀ ਹੈ ਕਿ ਅਸਲਾ ਅਕਾਲੀ ਦਲ ਹੀ ਹੂੰ ਹੂੰ ਔਰ ਉਹ ਤੋਂ ਬਾਅਦ ਫਿਰ ਇਹ ਗਿੱਟਮਿਟ ਕਰ ਲੈਣਗੇ ਪਾਜ ਪਨਲ ਤੇ ਦੋਨੇ ਤਰ੍ਹਾਂ ਲੜ ਕੇ ਚੋਣ ਲੜ ਲਣਗੇ ਜੀ ਪਰ ਮੇਰੇ ਖਿਆਲ ਮੁਤਾਬਕ ਭਾਜਪਾ ਇੱਕ ਹੋਰ ਦਾਦੇ ਵਿੱਚ ਹੈ ਉਹ ਜਿਹੜੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਉਹ ਕਹਿੰਦੇ ਕਿ ਸਮੁੱਚਾ ਅਕਾਲੀ ਦਲ ਜਿਹੜਾ ਹੈਗਾ ਇੱਕ ਮੁੱਠ ਘਾੜ ਦਿੱਤਾ ਜਾਵੇ ਜੀ ਖਾਸ ਕਰਕੇ ਜਿਹੜੇ ਸੰਜੁਗਤ ਅਕਾਲੀ ਦਲ ਵਾਲੇ ਢੀਂਸਾ ਸਾਹਿਬ ਵਗੈਰਾ ਹੈਗੇ ਸਾਰਿਆਂ ਨੂੰ ਉਹਨਾਂ ਨੂੰ ਕੱਟਿਆ ਕੀਤਾ ਜਾਵੇ ਇਹਨਾਂ ਨੂੰ ਕੱਟਿਆ ਕੀਤਾ ਜਾਵੇ ਹੂੰ ਹੂੰ ਤੇੜਕਾ ਵੱਡਾ ਇਹ ਹੈ ਕਿ ਅਕਾਲੀ ਦਲ ਨੂੰ ਪਰਵਾਨਗੀ ਕਦੋਂ ਮਿਲੂਗੀ ਜੀ ਪਰਵਾਨਗੀ ਉਦੋਂ ਮਿਲਨੀ ਹੈ ਜਦੋਂ ਇਹ ਹੋ ਜਾਵੇ ਕਿ ਜਿਹੜਾ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਹੈ ਬਾਦਲ ਫੈਮਿਲੀ ਤੋਂ ਬਾਹਰ ਲਾ ਬਾਹਰ ਲਾਓ ਜੀ ਹੁਣ ਸਾਰਾ ਧਾਰੋ ਮਜ਼ਾਰੋ ਉੱਥੇ ਹੈ ਤੇ ਹੋ ਸਕਦਾ ਵੀ ਇਸ ਗੱਲ ਦੇ ਵਿੱਚ ਕੋਈ ਸਹਿਮਤੀ ਹੋ ਵੀ ਗਈ ਹੋਵੇ ਹੂੰ ਹੂੰ ਅਗਲੇ ਦਿਨਾਂ ਦੇ ਵਿੱਚ ਇਹ ਗੱਲ ਹੋ ਵੀ ਸਕਦੀ ਹੈ ਜੀ ਤਾਂ ਹੁਣ ਦੇ 29 ਫਰਵਰੀ ਤੱਕ ਦਾਨੇ ਵਾਲੀ ਜੀ ਚੋਣਾਂ ਇਹਨਾਂ ਨੇ ਆ ਬੋਟਾਂ ਬਣਾਉਣੀਆਂ ਹੂੰ ਹੂੰ ਤੇ 29 ਫਰਵਰੀ ਤੋਂ ਬਾਅਦ ਪਹਿਲਾ ਇੱਕ ਜਿਹੜੀ ਕੀ ਕਹਿੰਦੇ ਉਹਨਾਂ ਨੂੰ ਆਪਾਂ ਜਿਹੜੀ ਸਕੂਲ ਰਣੀ ਨੀ ਸਕੂਲ ਰਣੀ ਉਹਨਾਂ ਨੂੰ ਕਹਿੰਦੇ ਨੇ ਇੱਕ ਪਾ ਖਰੜਾ ਖਰੜਾ ਹਾਂਜੀ ਪਹਿਲਾ ਖਰੜਾ ਆਉਣਾ ਹੈ ਜੀ ਖਰੜਾ ਜਿਹੜਾ ਹੈਗਾ ਜੀ ਇਹਦਾ ਪਤਾ ਲੱਗਿਆ ਕਿ ਖਰੜਾ ਹੋਊਗਾ 21 ਮਾਰਚ ਤੱਕ ਹੂੰ ਹੂੰ 21 ਮਾਰਚ 2014 ਤੱਕ 24 ਤੱਕ ਖਰੜਾ ਹੋਊਗਾ ਜੀ ਜਿਹੜੇ ਮਤਲਬ ਡਿਪਟੀ ਕਮਿਸ਼ਨਰ ਆਪ ਉਹ ਆਪਣੇ ਪੱਤਰ ਦੇ ਉੱਤੇ ਬਣਾਉਣਗੇ ਵੋਟਾਂ ਹੂੰ ਹੂੰ ਫਿਰ ਉਹਦੇ ਤੇ ਇਤਰਾਜ਼ ਮਗੇ ਜਾਣਗੇ ਕਿ ਭਾਈ ਆ ਵੋਟਰ ਲਿਸਟ ਬਣ ਗਈ ਹੈ ਤੁਸੀਂ ਇਤਰਾਜ਼ ਦਿਓ ਜਿਹੜੀਆਂ ਗਲਤ ਵੋਟਾਂ ਬਣੀਆਂ ਉਹਨੂੰ ਕਟਾ ਲਓ ਜੀ ਤੇ ਜੇ ਕਿਸੇ ਦੀ ਰਹਿ ਗਈ ਹੈ ਤੂੰ ਭਾਈ ਐਪਲੀਕੇਸ਼ਨ ਦੇ ਦੇ ਆਪਦੀ ਫਿਰ ਉਹਦੇ ਤੇ ਫਿਰ ਉਹ ਲਿਸਟ ਪੂਰੀ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਫਾਈਨਲ ਲਿਸਟ ਛਾਪਣੀ ਹੈ ਗੁਰਕ੍ਰਿਸ਼ਤ ਕਰਪਾਲ ਸਿੰਘ ਕਮਿਸ਼ਨਰ ਹੈ ਜੀ ਚੀਫ ਕਮਿਸ਼ਨਰ ਚੀਫ ਇਲੈਕਸ਼ਨ ਕਮਿਸ਼ਨਰ ਹੈਗੇ ਜਸਟਿਸ ਐਸ ਐਸ ਸਾਰੋਂ ਸਾਰੋਂ ਹਾਂਜੀ ਪਰ ਨਾਲ ਜਿਹੜੇ ਹੈਗੇ ਇਲੈਕਸ਼ਨ ਕਮਿਸ਼ਨਰ ਦੀ ਡਿਊਟੀ ਭੂਮਿਕਾ ਨਿਭਾ ਰਹੇ ਹੈ ਗੁਰਕ੍ਰਿਸ਼ਤ ਕਰਪਾਲ ਸਿੰਘ ਉਹ ਹੈ ਗੁਰਕਿਰਤ ਕ੍ਰਿਪਾਲ ਸਿੰਘ ਹੋਣਾਂ ਦਾ ਜਿਹੜਾ ਕੋਰਟ ਲਿਆ ਉਹਨਾਂ ਦਾ ਵਰਜਨ ਲਿਆ ਹੈ ਜੀ ਇਹਨਾਂ ਨੇ ਤੁਹਾਡਾ ਹਿੰਦੁਸਤਾਨ ਟਾਈਮਜ਼ ਵਾਲੇ ਦੀ ਹੂੰ ਹੂੰ ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੀ ਇਲੈਕਟਰੋਲ ਪਬਲਿਕਿਸ਼ਨ ਦੀ ਫਾਈਨਲ ਫਾਈਨਲ ਲਿਸਟ ਹੈ ਨਾ ਜਿਹੜੀ ਜੀ ਜੀ ਉਹ ਫਾਈਨਲ ਲਿਸਟ ਜਿਹੜੀ ਹੈਗੀ ਆ 3 ਮਈ 2024 ਨੂੰ ਹੋਵੇ ਅੱਛਾ ਜੀ ਹਾਂ ਦਾਨੀਅਲ ਸਿੰਘ ਜੀ 3 ਮਈ 2024 ਨੂੰ ਤਾਂ ਲਿਸਟ ਹੀ ਬਣੂਗੀ ਕੰਪਲੀਟ ਹੋਊਗੀ ਕੰਪਲੀਟ ਹੋਊਗੀ ਤੇ ਉਹਦੇ ਨੂੰ ਤਾਂ ਤੁਹਾਡਾ ਜਿਹੜਾ ਮਈ ਦੇ ਮਹੀਨੇ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਦਾ ਪੂਰਾ ਪੂਰਾ ਦੰਗਲ ਜਿਹੜਾ ਖੜਕਦਾ ਹੋਊਗਾ ਉਹ ਤੋਂ ਪਹਿਲਾਂ ਪਹਿਲਾਂ ਦਾ ਐਲਾਨ ਹੋ ਜਾਣਾ ਪਾਰਲੀਮੈਂਟ ਦੀਆਂ ਚੋਣਾਂ ਦਾ ਸੋ ਕੁੱਲ ਮਿਲਾ ਕੇ ਮੇਰਾ ਮੰਨਣਾ ਇਹ ਹੈ ਕਿ ਇਹ ਚੋਣਾਂ ਜਿਹੜੀਆਂ ਹੁਣ ਪਾਰਲੀਮੈਂਟ ਤੋਂ ਬਾਅਦ ਜਾਣਗੀਆਂ ਬਾਅਦ ਹੀ ਜਾਣਗੀਆਂ ਉਹ ਤੋਂ ਪਹਿਲਾਂ ਨਹੀਂ ਹੋ ਸਕਦੀਆਂ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਂਦਾਨ ਤੇ ਮੇਰੇ ਨਾਲ ਨੇ ਸਦਾ ਬਖਤੌਰ ਸਿੰਘ ਤੇ ਲੋਹਰੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ दे जा पेकार मैक्स फोर्स कमिंस आईएसएक्स वॉल्वो मर्सिडीज स्प्रिंटर जे ही मोटर होवे तेल हो और ओरिजिनल फिल्टर तक चेंज कराना ही है आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे ही हो एग्जिट 268 ऑन हाईवे 401 और एग्जिट 5 ऑन क्यूईडब्ल्यू क्विक ट्रक ल्यूब खुश होके पड़तोगे <laughs> मान लो 5196220660 5196 2 0660 qtl because we care Quick, Frank, उन ट्रेवल प्लाजा, मडेरा वाले लोकल ट्रक वीर वी वेज खाना रिफ्रेसा टी ए मडेरा एग्जोर कॉल सचिन मलिक या रविवाल एट फाइव फाइव नाइन नाइन फोर सेल्द भी खुल रहा है एक नवा पायलट ट्रक स्टॉप 99 एंड ਬੇਤੇ ਪਪਾਂ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕਿਥੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚ ਕੜੇ ਚੂੜੀਆਂ ਨਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਵਲਰ ਸ਼ਾਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 2541600 ਫੁੱਟ ਐਵੇਨਿਊ ਸਾਊਥ-ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਫਸ ਇੱਕ ਗੱਲ ਦੱਸ ਦੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360652 6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 1484 ਅਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 6014793454 ਸ਼ਾਮਾਦਾਂ ਦੇ ਵਿੱਚ ਤੁਹਾਡਾ ਮੁਰ ਤੋਂ ਸਵਾਗਤ ਹੈ ਤੇ ਮੇਰੇ ਨਾਲ ਸਦਾ ਬਖਤੌਦ ਸਿੰਘ ਢਿੱਲੋਂ ਨੇ ਜਿਹੜੇ ਵੀ ਇਸ ਵਕਤ ਸਾਡੇ ਨਾਲ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੁੜੇ ਨੇ ਉਹਨਾਂ ਗੁਜ਼ਾਰਿਸ਼ ਹੈ ਸੀ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਢਿੱਲੋਂ ਸਾਹਿਬ ਭਾਈ ਰਾਜੂ ਹਣ ਇੱਕ ਪਾਸੇ ਤਾਂ ਵਾਰ-ਵਾਰ ਬੇਨਤੀਆਂ ਕਰ ਰਿਹਾ ਭਾਈ ਮੇਰੀ ਪਰਵਾਹੀ ਛੱਡੋ ਆਪਦੇ ਜੋ ਤੁਸੀਂ ਦਰਖਾਸਤਾਂ ਦਿੱਤੀਆਂ ਵਾਪਸ ਲੋ ਮੈਨੂੰ ਅਗਲੇ ਘਰ ਜਾਣ ਦੀ ਪਰਮਾਤਮਾ ਇਜਾਜ਼ਤ ਦੇਵੇ ਪਰ ਜਥੇਦਾਰ ਸਾਹਿਬ ਨੇ ਨਵਾਂ ਫੇਰ ਹੁਕਮ ਚਾੜਤਾ ਜੀ ਇੱਕ ਨਹੀਂ ਜਥੇਦਾਰ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਹੂੰ ਹੂੰ ਉਹਨਾਂ ਨੂੰ ਹੁਕਮ ਚਾੜਨੇ ਚਾਹੀਦਾ ਸੀ ਕਿ ਸਾਰੀਆਂ ਸਿੱਖ ਸੰਸਥਾਵਾਂ ਇਕੱਤਰ ਹੋ ਕੇ ਜੀ ਉਹ ਭਾਈ ਰਾਜੋਆਣਾ ਦੇ ਕੇਸ ਦੀ ਪਰਵਾਹੀ ਕਰਨ ਹੂੰ ਹੂੰ ਇਹ ਤੋਂ ਪਹਿਲਾਂ ਵੀ ਜਿਹੜੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਜੀ ਕਿ ਤੁਸੀਂ ਇਹਦੀ ਪੈਰਵਾਈ ਕਰੋ ਤੇ ਵਾਕੀ ਸਿੱਖ ਸੰਸਥਾਵਾਂ ਨੂੰ ਨਾਲ ਲਓ ਹੂੰ ਹੂੰ ਉਹਦੇ ਇੱਕ ਵੱਖਰੇ ਤੌਰ ਦੇ ਤੇ ਉਹਨਾਂ ਨੇ ਇਹ ਗੱਲ ਦਿੱਲੀ ਦੀ ਕਮੇਟੀ ਨੂੰ ਵੀ ਕਹਤੀ ਸੀ ਜੀ ਕਿ ਭਾਈ ਦਿੱਲੀ ਵਾਲਿਓ ਤੁਸੀਂ ਦਿੱਲੀ ਬੈਠੇ ਹੋ ਹੂੰ ਹੂੰ ਤੁਸੀਂ ਨੇੜੇ ਬੈਠੇ ਹੋ ਸਰਕਾਰ ਦੇ ਜੀ ਵੈਸੇ ਦਿੱਲੀ ਵਾਲੇ ਉਂਝ ਵੀ ਨੇੜੇ ਹੀ ਹੈ ਹੂੰ ਹੂੰ ਕਿਉਂਕਿ ਦਿੱਲੀ ਦੀ ਕਮੇਟੀ ਜਿਹੜੀ ਹੈਗੀ ਇਹ ਕਮੇਟੀ ਦੇ ਉੱਤੇ ਕਦੇ ਮਨਜਿੰਦਰ ਸਿੰਘ ਸਰਸਾ ਪ੍ਰਧਾਨ ਹੁੰਦੇ ਸੀ ਨਾ ਬਿਲਕੁਲ ਫੇਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਦ ਉਹ ਆਕਾਲੀ ਦਲ ਨੂੰ ਫਤਿਹ ਬੁਲਾਈ ਤੇ ਭਾਰਤੀ ਜਨਤਾ ਪਾਰਟੀ ਚ ਗਏ ਤੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਹਮਮ ਲੇਕਿਨ ਅਸਤੀਫਾ ਦੇਣ ਤੋਂ ਬਾਅਦ ਉਹ ਕਾਲਕਾ ਜੀ ਹੈ ਜਿਹੜੀ ਹਮਮ ਉਹਨਾਂ ਨੂੰ ਕਾਲਕਾ ਜੀ ਨੂੰ ਪ੍ਰਧਾਨ ਬਣਾ ਦਿੱਤਾ ਸੀ ਤੇ ਉਹ ਮਨਜਿੰਦਰ ਸਿੰਘ ਸਿਰਸਾ ਤੋਂ 1 ਇੰਚ ਬਾਹਰ ਨਹੀਂ ਹੈਗੇ ਜੀ ਤੇ ਨਾ ਉਹ ਭਾਰਤੀ ਜਨਤਾ ਪਾਰਟੀ ਤੋਂ ਬਾਹਰ ਹਮਮ ਉਹਨਾਂ ਨੂੰ ਵੀ ਫੇਰ ਗੱਲ ਕਹੀ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਹਮ ਤੁਸੀਂ ਸਰਕਾਰ ਨਾਲ ਰਾਬਤਾ ਕਾਇਮ ਕਰੋ ਤੇ ਰਾਬਤਾ ਕਾਇਮ ਕਰਕੇ ਜਿਹੜੀ ਉਹ ਰਿਪੋਰਟ ਵੀ ਪੇਸ਼ ਕਰੋ ਮੈਨੂੰ ਕਿ ਤੁਸੀਂ ਕੀ ਕਰ ਰਹੇ ਹੋ ਹਮਮ ਔਰ ਦਾਨੇ ਵਾਲੀ ਸਵੇ ਦਾ ਅਸਰ ਵੀ ਹੋਇਆ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜਦੋਂ ਕੋਈ ਆਦੇਸ਼ ਜਾਰੀ ਹੁੰਦਾ ਜੀ ਉਹਦੇ ਤੇ ਫਿਰ ਮਾੜੀ ਮੋਟੀ ਕੰਨ ਹਲਾਉਣੇ ਪੈਂਦੇ ਕੰਮ ਕਰਨਾ ਪੈਂਦਾ ਹੂੰ ਹੂੰ ਮੈਨੂੰ ਲੱਗਦੀ ਹੈ ਵੀ ਇਹ ਦਿੱਲੀ ਕਮੇਟੀ ਵੱਲੋਂ ਦਿੱਤੇ ਹੋਏ ਦਖਲਦਾਰ ਨਤੀਜਾ ਹੈ ਕਿ ਉਹਨਾਂ ਨੇ ਸ਼ਾਇਦ ਅਮਿਤ ਸ਼ਰੂ ਚਿੱਠੀ ਵੀ ਲਿਖੀ ਹੈ ਗ੍ਰਹਿ ਮੰਤਰੀ ਨੂੰ ਜਾਤੀ ਤੌਰ ਤੇ ਵੀ ਸ਼ਾਇਦ ਉਹਨਾਂ ਨੇ ਅਪਰੋਚ ਕੀਤਾ ਹੋਵੇ ਖਾਲਸਾ ਜੀ ਸਰਸਾ ਜੀ ਨੇ ਕਰ ਲਿਆ ਹੋਵੇ ਅਪਰੋਚ ਬਈ ਜੀ ਇਹਦੇ ਤੇ ਆਪਾਂ ਕੁਝ ਕਰੀਏ ਹੂੰ ਹੂੰ ਤਾ ਤੁਹਾਨੂੰ ਪਤਾ ਹੈ ਕਿ ਜਿਹੜੇ ਦਸਕਤ ਕਰਵਾਏ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਖਾਸ ਕਰਕੇ ਪਾਈ ਬਲਵੰਤ ਸਿੰਘ ਰਾਜਵਾਨ ਵਾਲੇ ਹੂੰ ਹੂੰ ਉਹ ਦਸਕਤ ਦੇ ਬਾਰੇ ਵਿੱਚ ਇਹ ਵੀ ਪਲੰਦਾ ਤਾਂ ਪਿਆ ਜੀ ਤੇ ਪਲੰਦਾ ਦੇਈਏ ਕਿਨੂੰ ਦੇਈਏ ਕਿਨੂੰ ਗੱਲ ਉਹੀ ਆ ਉਹ ਗਵਰਨਰ ਸਾਹਿਬ ਟਾਈਮ ਨਹੀਂ ਦੇ ਰਹੇ ਸੀ ਉਹਨਾਂ ਪਰ ਹੁਣ ਉਹਦਾ ਨਤੀਜਾ ਕੱਲ ਹੀ ਇਹ ਹੋ ਗਿਆ ਕਿ ਗਵਰਨਰ ਸਾਹਿਬ ਨੇ ਅੱਜ ਲਈ ਟਾਈਮ ਦਿੱਤਾ ਸੀ ਦਿੱਤਾ ਸੀ ਅੱਜ ਮਿਲੇ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜੇ ਮਿਲ ਲੈਣਗੇ ਜਿਹੜਾ ਟਾਈਮ ਕਿੰਨੇ ਦਿੰਦਾ ਮੈਨੂੰ ਟਾਈਮ ਦਾ ਨਹੀਂ ਐਗਜ਼ੈਕਟ ਪਤਾ ਪਰ ਇਹ ਪਤਾ ਲੱਗ ਗਿਆ ਜਾਣਕਾਰੀ ਮਿਲ ਗਈ ਸੀ ਕਿ ਉਹਨੂੰ ਟਾਈਮ ਦਿੰਦਾ ਭਾਈ ਤੁਸੀਂ ਆਜੋ ਤੇ ਆ ਕੇ ਆਪਣੀ ਗੱਲ ਕਹਿ ਲਓ ਹੂੰ ਹੂੰ ਹੁਣ ਅਗਲੀ ਗੱਲ ਦੇਖਣ ਵਾਲੀ ਹੈ ਇੱਥੇ ਵੀ ਰਾਜਨੀਤੀ ਆਊਗੀ ਹੂੰ ਹੂੰ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਭਾਰਤ ਸਰਕਾਰੇ ਤੇ ਫੈਸਲਾ ਲਵੇ ਹੂੰ ਹੂੰ ਕਿ ਭਾਰਤ ਸਰਕਾਰ ਨੇ ਕੀ ਫੈਸਲਾ ਲੈਣਾ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਬਾਕੀਆਂ ਬਾਰੇ ਤਾਂ ਸੁਪਰੀਮ ਕੋਰਟ ਫੈਸਲਾ ਦੇ ਦਿੰਦੀ ਹੈ ਇਹ ਗੱ ਹੁਣ ਉਹਦੇ ਚ ਅਗਲੀ ਗੱਲ ਇਹ ਹੈ ਕਿ ਭਾਰਤ ਸਰਕਾਰ ਹੁਣ ਇਹ ਦੇਖੂ ਕਿ ਸਾਨੂੰ ਬੈਨੀਫਿਟ ਕਿੱਥੇ ਹੁੰਦੇ ਹੁਣ ਉਹਨਾਂ ਨੇ ਇਹਦਾ ਕ੍ਰੈਡਿਟ ਕਿਨੂੰ ਦੇਣਾ ਜੀ ਉਹ ਦਿੱਲੀ ਕਮੇਟੀ ਨੂੰ ਕ੍ਰੈਡਿਟ ਦੇ ਕੇ ਆਪਣੇ ਬੰਦਿਆਂ ਬਾਰੇ ਇਹ ਦੱਸਣਗੇ ਕਿ ਜੀ ਮਨਜਿੰਦਰ ਸਿੰਘ ਸਿਰਸਾ ਐਂਡ ਕੰਪਨੀ ਹੂੰ ਹੂੰ ਤੇ ਜਿਹੜੇ ਸਾਡੇ ਨਾਲ ਪੰਜਾਬ ਦੇ ਵਿੱਚ ਖੜੇ ਅਕਾਲੀ ਲੀਡਰ ਹੈ ਜਾਂ ਜਿਹੜੇ ਸਿੱਖ ਲੀਡਰ ਹੈ ਇਹ ਉਹ ਉਹਨਾਂ ਦੇ ਕਹਿੰਦੇ ਉੱਤੇ ਅਸੀਂ ਕੁਝ ਕਰਦੇ ਆ ਜੀ ਜਾਂ ਉਹਨਾਂ ਨੇ ਫਿਰ ਪੁਰਾਣੀ ਲਿਹਾਜ਼ ਪਗਾਉਣੀ ਹੈ ਫਿਰ ਉੱਥੇ ਵੀ ਹਾਂਜੀ ਆਓ ਫਿਰ ਆਪਾਂ ਅੰਡਰਸਟੈਂਡ ਕਰ ਲਈਏ ਹੂੰ ਹੂੰ ਤੇ ਸੁਖਵੀਰ ਜੀ ਤੁਸੀਂ ਹੋ ਜੋ ਥੋੜਾ ਜਿਹਾ ਪਾਸੇ ਪ੍ਰਧਾਨ ਕਿਸੇ ਨੂੰ ਹੋਣ ਬੜਾ ਹੋਰ ਬਲਾਲ ਬਣਾ ਲਓ ਹੂੰ ਹੂੰ ਤੇ ਆਪਣਾ ਸਾਡਾ ਵੀ ਰਾਹ ਖੁੱਲ ਜੇ ਤੇ ਤੁਹਾਡਾ ਵੀ ਰਾਹ ਖੁੱਲ ਜੇ ਜੀ ਤੇ ਰਾਜਵਾਨਾ ਸਾਹਿਬ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਜਿਹੜੀ ਫਾਂਸੀ ਵਾਲਾ ਮਾਮਲਾ ਮਾਮਲਾ ਵੀ ਇਹ ਇਹ ਮਾਮਲਾ ਅਜੇ ਤੱਕ ਗੁੰਜਲਦਾਰ ਬਣੇ ਗੁੰਜਲਦਾਰ ਬਣੇ ਇਹਦੇ ਵਿੱਚ ਉਹ ਕੀ ਕਰਦੇ ਆ ਵੈਸੇ ਕੁੱਲ ਮਿਲਾ ਕੇ ਜਿਹੜੀ ਹੈਗੀ ਹੈ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਹੈ ਉਹਦੇ ਦੇ ਤਰ੍ਹਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਐਕਟਿਵ ਹੋਗੀਆਂ ਆਪੋ ਆਪਣੇ ਥਾਂ ਦੇ ਉੱਤੇ ਔਰ ਨਾਲ ਮੈਨੂੰ ਥੋੜਾ ਅਫਸੋਸ ਇਸ ਕੱਲ ਦਾ ਵੀ ਹੈ ਹੂੰ ਹੂੰ ਕਿ ਅਕਾਲੀ ਦਲ ਜੀ ਜਾਂ ਸਿੱਖ ਪੰਥ ਜਦੋਂ ਥੋੜਾ ਜਿਹਾ ਖੰਗੂਰਾ ਮਾਰਦਾ ਸੀ ਵੀ ਹਾਂ ਹੂੰ ਹੂੰ ਤੇ ਦਿੱਲੀ ਕੰਬਣ ਲੱਗ ਜਾਂਦੀ ਸੀ ਬਿਲਕੁਲ ਹੁਣ ਸਥਿਤੀ ਇਹ ਹੈ ਕਿ ਸਾਨੂੰ ਸੁਪਾਰਸ਼ਾਂ ਪਾਉਣੀਆਂ ਪੈ ਰੇਗੀਆਂ ਜੇ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਕਿ ਭਾਈ ਜੀ ਦਾ ਅਸਰ ਸੂਕ ਤੁਸੀਂ ਆਪ ਦਾ ਵਰਤੋ ਹੂੰ ਹੂੰ ਇਹ ਇੰਨੀ ਜਿਹੜੀ ਕਮਜ਼ੋਰੀ ਆਈ ਹੈ ਨਾ ਜੀ ਇਹ ਕਮਜ਼ੋਰੀ ਜਿਹੜੀ ਹੈਗੀ ਹੈ ਜੇ ਪਹੁੰਚ ਗਿਆ ਜੀ ਬਫਤ ਤਾਂ ਮਿਲੇ ਆਇਆ ਮਿਲੇ ਆ ਚਾਰ ਕੋਜੇ ਮਿਲੇ ਐ ਬਸ ਠੀਕ ਹੈ ਫਿਰ ਮਿਲਾਇਆ ਫਿਰ ਬਫਤ ਮਿਲੇ ਗਿਆ ਦਾ ਮਤਲਬ ਹੈ ਹੁਣ ਕਿਉਂਕਿ ਜਦੋਂ ਵਕਤ ਮਿਲ ਗਿਆ ਤੇ ਉਹਨਾਂ ਨੇ ਉਹਨੇ ਸਿਗਨੇਚਰ ਦਿੱਤੇ ਤੇ ਸਿਗਨੇਚਰ ਲਈ ਜਾਣਗੇ ਵੀ ਵਰਨਰ ਸਾਹਿਬ ਨੇ ਆਪਦੇ ਕੋਲ ਤਾਂ ਰੱਖਣੇ ਨਹੀਂ ਗਏ ਬਿਲਕੁਲ ਬਿਲਕੁਲ ਉਹਨਾਂ ਨੇ ਤਾਂ ਦਿੱਲੀ ਭਾਰਤ ਸਰਕਾਰ ਕੋਲੇ ਭੇਜ ਦੇ ਨੇ ਭਾਰਤ ਸਰਕਾਰ ਕੋਲੇ ਜਾਣਗੇ ਤੇ ਇਹਦੇ ਤੇ ਸ਼ਾਇਦ ਥੋੜੀ ਬਹੁਤੀ ਹਿਲਜੁਲ ਭਾਰਤ ਸਰਕਾਰ ਕਰੇ ਵੀ ਹੂੰ ਹੂੰ ਜੀ ਜੀ ਤੇ ਗੰਨੀ ਹਰਪ੍ਰੀਤ ਸਿੰਘ ਕਹਿੰਦੇ ਜੀ ਮੈਂ ਆਪਣੀ ਇੱਛਾ ਦੇ ਸੇਵਾ ਮੁਕਤੀ ਦੋਨਾਂ ਤਖਤਾਂ ਤੋਂ ਛੱਡਣ ਦੀ ਜਿਹੜੀ ਪੇਸ਼ਕਸ਼ ਕਰਦੀ ਹੈ ਨਹੀਂ ਕੁਈ ਸੀ ਇਹ ਕੁਸੀ ਉਹਨਾਂ ਕੋਲ ਤਾਂ ਉਹ ਕਾਲਟਖ ਸਾਹਿਬ ਦੇ ਤਾਂ ਐਕਟਿੰਗ ਜਿੱਥੇਾਰ ਸੀ ਐਕਟਿੰਗ ਜਿੱਥੇ ਉੱਥੇ ਤਾਂ ਗਿਆਨੀ ਰਗਵੀਰ ਸਿੰਘ ਹੋਰੀ ਬਣ ਗਏ ਪੱਕੇ ਜਿੱਥੇ ਇਧਰ ਉਹਨਾਂ ਦੇ ਕੋਲ ਤਖਤ ਦਮਦਮਾ ਸਾਹਿਬ ਦੇ ਸੀ ਹਾਂ ਉਹ ਵੀ ਕਹਿੰਦੇ ਲੈ ਲਓ ਵਾਪਸ ਕਰ ਉਹ ਫਿਰ ਇਸ ਨਿਊਜ਼ 18 ਦਾ ਕਾਰਨ ਨਹੀਂ ਉਹ ਕਿਉਂ ਕਹਿੰਦੇ ਕਾਰਨ ਪਤਾ ਨਹੀਂ ਜੀ ਕੀ ਇਹ ਨਹੀਂ ਪਤਾ ਕਾਰਨ ਇਹ ਹੈ ਵੀ ਕਿਤੇ ਉਹ ਆਪਣਾ ਪ੍ਰੋਟੈਸਟ ਦੇ ਰੂਪ ਤਾਂ ਨਹੀਂ ਵੀ ਪਾਈ ਰਾਜਵਾਨੇ ਦਾ ਹਾਂ ਹੋ ਸਕਦਾ ਹੋ ਸਕਦਾ ਇਹ ਹੋਵੇ ਜਾਂ ਕਈ ਵਾਰੀ ਇਹ ਕਹਿੰਦੇ ਨੇ ਕਿ ਮੈਂ ਆਪਦੀ ਚੈਨਲ ਛੱਡਣਾ ਚਾਹੁੰਨਾ ਤੇ ਅੰਦਰੋਂ ਹੁਕਮ ਹੋਰ ਹੋ ਜਾਂਦਾ ਹੋ ਜਾਂਦਾ ਹਾਂਜੀ ਹਾਂਜੀ ਤੇ ਹੁਣ ਆਪਾਂ ਥੋੜਾ ਜਿਹਾ ਇਜ਼ਰਾਈਲ ਤੇ ਹਮਾਸ ਦੇ ਜਿਹੜਾ ਚੱਲ ਰਿਹਾ ਝਗੜਾ ਉਹਦੇ ਬਾਰੇ ਵੀ ਦੇਖੋ ਦਾਨੀਅਲ ਇਹ ਸਭ ਗੱਲ ਇਹ ਹੈ ਕਿ ਇਜ਼ਰਾਈਲ ਨੂੰ ਪਹਿਲਾਂ ਚਮਲਾਇਆ ਹੂੰ ਤੇ ਚੰਬਲ ਦੇ ਨੇ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਹੈ ਹੂੰ ਕੀ ਹੈ ਨਿਤੂਯਾ ਨਿਤੂਯਾ ਪ੍ਰਾਈਮ ਮਿੰਿਸਟਰ ਪ੍ਰਾਈਮ ਮਿੰਿਸਟਰ ਜਿਹੜੇ ਹੈਗੇ ਹੈ ਨਿਤੂਯਾ ਹਾਂ ਉਹਨਾਂ ਦਾ ਨਾਮ ਨਿਕੋਨ ਮੈਂ ਹਨ ਨੈਤਨ ਯਾਹੂ ਬੈਂਜਮਿਨ ਉਹ ਬੈਂਜਮਿਨ ਬੈਂਜਮਿਨ ਨੈਤਨ ਯਾਹੂ ਜਿਹੜਾ ਬੈਂਜਮਿਨ ਨੈਤਨ ਯਾਹੂ ਸਾਹਿਬ ਇਸ ਵੇਲੇ ਇੱਕ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਸੀ ਕਿਉਂਕਿ ਉਹਨਾਂ ਦੇ ਖਿਲਾਫ ਉਹਨਾਂ ਦੇ ਦੇਸ਼ ਦੇ ਵਿੱਚੋਂ ਆਵਾਜ਼ ਉੱਠ ਰਹੀ ਸੀ ਆਵਾਜ਼ ਉੱਠ ਰਹੀ ਸੀ ਔਰ ਉਹਨਾਂ ਨੇ ਜੁਡੀਸ਼ਰੀ ਦੇ ਵਿੱਚੋਂ ਵੀ ਕਾਫੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਕੁਝ ਗੱਲਾਂ ਹੋ ਰਹੀਆਂ ਸੀ ਤੇ ਉਹਨਾਂ ਨੇ ਜੁਡੀਸ਼ਰੀ ਨੂੰ ਕਾਬੂ ਕਰਨ ਦੇ ਯਤਨ ਵੀ ਸ਼ੁਰੂ ਕਰਦੇ ਸੀ ਇਸੇ ਸਮੇਂ ਦੌਰਾਨ ਜਿਹੜੀ ਹਮਾਸ ਉੱਥੇ ਐਕਸ਼ਨ ਕਰ ਦਿੰਦੀ ਹੈ ਹਮਾਸ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਕਿਹਾ ਜਾਂਦਾ ਉਹਨੂੰ ਜੀ ਲੇਕਿਨ ਐਸ ਤਰ੍ਹਾਂ ਦੇ ਫਲਸਤੀਨੀਆ ਦੀ ਉਹ ਸਭ ਤੋਂ ਜਿਹੜੀ ਹਰਮਨ ਪਿਆਰੀ ਜਥੇਬੰਦੀ ਬਣ ਚੁੱਕੀ ਹੈ ਕਿਉਂਕਿ ਫਲਸਤੀਨੀਆ ਦੇ ਕਾਜ਼ ਨੂੰ ਦੁਨੀਆਂ ਦੇ ਵਿੱਚ ਉਹਨਾਂ ਦੇ ਐਕਸ਼ਨ ਨੇ ਇੱਕ ਵਾਰੀ ਫੇਰ ਜਿਹੜਾ ਹੈਗਾ ਜੀ ਸਾਹਮਣੇ ਲੈ ਆਂਦਾ ਹੈ ਦਿਖਾਤਾ ਕਿ ਆਹ ਪਈ ਉਹਨਾਂ ਦਾ ਕਾਜ਼ ਹੈ ਐ ਕਾਇ ਦੀ ਕਤਲਰ ਦੇ ਜਿਹੜੇ ਘਰ ਦੇ ਮਾਲਕ ਸੀ ਹੂੰ ਹੂੰ ਘਰ ਦੇ ਮਾਲਕਾਂ ਨੂੰ ਘਰੋਂ ਕੱਢ ਕੇ ਤੇ ਇੱਥੇ ਹੋਰ ਬੰਦੇ ਨੇ ਆ ਕੇ ਜਿਹੜੇ ਕਬਜ਼ੇ ਕਰਨੇ ਸ਼ੁਰੂ ਕਰਤੇ ਹੂੰ ਹੂੰ ਸੋ ਜਦੋਂ ਉਹਨਾਂ ਦੇ ਕੁਝ ਹੋਇਆ ਤਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਨਾ ਕਿ ਜੋ ਬਾਈਡਨ ਸਾਹਿਬ ਅਮਰੀਕਾ ਤੋਂ ਚਲਦੇ ਹੈ ਜੀ ਜੀ ਸਿੱਧੇ ਇਸਰਾਇਲ ਆਉਂਦੇ ਹੈ ਹਮ ਹਮ ਉਦੋਂ ਆ ਕੇ ਜਦੋਂ ਉਹਨਾਂ ਦੇ ਨਾਲ ਖੜਦੇ ਉਹਨਾਂ ਦੀ ਹਮਾਇਤ ਕਰਦੇ ਹੈ ਹਮ ਹਮ ਇਹਦਾ ਮਤਲਬ ਹੈ ਕਿ ਉਹਨਾਂ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਕਿ ਫੱਟੇ ਚ ਕੀ ਚਲੋ ਜੀ ਹੁਣ ਸਥਿਤੀ ਪਹੁੰਚ ਕਿੱਥੇ ਗਈ ਹਮ ਹਮ ਪਹੁੰਚ ਗਈ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਬੱਚੇ ਪਏ ਹੈ ਜਿਹੜੇ ਬਜ਼ੁਰਗ ਪਏ ਹੈ ਉੱਥੇ ਅਟੈਕ ਕਰਨੇ ਸ਼ੁਰੂ ਕਰਦੇ ਜੀ ਅਟੈਂਕ ਬਾੜਦੇ ਜੀ ਟੈਂਕ ਬਾੜਦੇ ਟੈਂਕ ਬਾੜਦੇ ਤੋਂ ਬਾਅਦ ਜਿਹੜੀ ਜਿਹੜੀ ਸਭ ਤੋਂ ਦਰਦਨਾਕ ਗੱਲ ਹੋਈ ਹੈ ਦਾਨ ਵਾਲੇ ਇਕ ਤਾਂ ਇਹ ਹੈ ਕਿ ਕੁਝ ਜਿਹੜੇ ਹੈਗੇ ਆ ਬਜ਼ੁਰਗ ਤੇ ਬੱਚੇ ਜੀ ਉਹਨਾਂ ਦੀਆਂ ਮੌਤਾਂ ਹੋ ਗਈਆਂ ਸੀ ਤੇ ਉਹਨਾਂ ਦੀਆਂ ਲਾਸ਼ਾਂ ਸੜਨੀਆਂ ਸ਼ੁਰੂ ਹੋ ਗਈਆਂ ਸੀ ਹੂੰ ਹੂੰ ਉਸ ਹਸਪੀਟਲ ਦਾ ਜਿਹੜਾ ਮੇਨ ਹਸਪੀਟਲ ਆ ਉਹਦੇ ਡਾਇਰੈਕਟਰ ਸਾਹਿਬ ਕਹਿੰਦੇ ਆ ਕਿ ਜੇ ਇਹਨਾਂ ਲਾਸ਼ਾਂ ਨੂੰ ਅਸੀਂ ਨਹੀਂ ਦਫਨਾਉਂਦੇ ਹੂੰ ਹੂੰ ਤਾਂ ਬਿਮਾਰੀ ਹੋਰ ਫੈਲ ਸਕਦੀ ਹੈ ਤਾਂ ਸੋ ਹਸਪਤਾਲ ਜਿਹੜਾ ਹੈਗਾ ਉਹ ਕਬਰਸਤਾਨ ਬਣ ਗਿਆ ਜੀ ਉੱਥੇ ਜਿਹੜੀਆਂ ਹੈਗੀਆਂ ਉਹਨਾਂ ਦੇ ਟੋਏ ਪਟਕੇ ਉਹਨਾਂ ਲਾਸ਼ਾਂ ਨੂੰ ਦਫਨਾਤਾ ਹੂੰ ਹੂੰ ਇੱਕ ਉੱਤੇ ਡਾਕਟਰ ਹੋਰ ਸੀ ਜੀ ਜਿਹੜੇ ਗੁਰਦਿਆਂ ਦੇ ਡਾਕਟਰ ਸੀ ਔਰ ਬੜਾ ਕਾਬਲ ਡਾਕਟਰ ਸੀ ਹੂੰ ਹੂੰ ਉਸ ਡਾਕਟਰ ਨੇ ਕਿਸੇ ਪੱਤਰਕਾਰ ਦੇ ਨਾਲ ਜਦੋਂ ਉਹਨੂੰ ਪੱਤਰਕਾਰ ਨੇ ਮੀਟਿੰਗ ਕੀਤੀ ਉਹ ਆਪਣੀ ਸਹਰਿਆਂ ਦੇ ਘਰ ਬੈਠਾ ਸੀ ਆਪਣੀ ਵਾਈਫ ਦੇ ਪਿੱਛੇ ਦੇ ਘਰ ਜੀ ਉੱਥੇ ਜਦੋਂ ਕਹਿੰਦੇ ਵੀ ਤੂੰ ਦੱਸ ਕੀ ਕਰ ਰਹੇ ਹੋ ਕਹਿੰਦਾ ਵੀ ਮੈਂ ਇੱਕ ਡਾਕਟਰ ਆ ਮੈਂ ਲੋਕਾਂ ਨੂੰ ਜੀਵਨ ਦੇਣਾ ਹੂੰ ਹੂੰ ਕਹਿੰਦੇ ਮੈਨੂੰ ਕਹਿ ਰਹੇ ਆ ਵੀ ਤੂੰ ਛੱਡ ਕੇ ਚਲਾ ਜਾ ਅੱਛਾ ਤੇ ਜਦ ਮੈਂ ਡਾਕਟਰ ਹੀ ਛੱਡ ਕੇ ਚਲਾ ਗਿਆ ਇੱਥੇ ਨੇਸ਼ਨ ਇਸ ਨੇਸ਼ਨ ਨੇ ਮੇਰੇ ਤੇ ਪੈਸੇ ਲਾਏ ਹੂੰ ਹੂੰ ਇਹਨਾਂ ਨੇ ਮੈਨੂੰ ਸੇਵਾ ਕਰਨ ਵਾਸਤੇ ਬਣਾਇਆ ਮੈਂ ਸੇਵਾ ਕਰੂੰਗਾ ਕੋਈ ਖਾਸ ਕਲੀ ਹੂੰ ਹੂੰ ਅਗਰ ਮੈਂ ਮਾਰਿਆ ਵੀ ਜਾ ਮਾ ਜੀ ਤੇ ਮੈਂ ਇਹ ਕਹੂੰਗਾ ਕਿ ਮੇਰੀ ਜਿਹੜੇ ਸਾਥੀ ਆ ਉਹ ਨਾ ਛੱਡ ਕੇ ਜਾਣ ਹੂੰ ਹੂੰ ਮੈਮਰੀਜਾ ਨੂੰ ਕਹੂੰ ਤੁਸੀਂ ਨੇ ਛੱਡ ਕੇ ਜਾਓ ਤੁਸੀਂ ਆਪ ਦਾ ਇਲਾਜ ਕਰਾਓ ਜੀ ਤੇ ਦਾਨੀਅਲ ਗਿਆ ਸਾਹਿਬ ਇਹ ਇੰਟਰਵਿਊ ਅਜੇ ਉਹ ਦੇ ਕੇ ਹਟਿਆ ਹੂੰ ਹੂੰ ਤੇ ਨਾਲ ਦੀ ਨਾਲ ਹੀ ਉੱਥੇ ਜਿਹੜੇ ਹੈਗਾ ਇੱਕ ਮਤਲਬ ਜਿਹੜਾ ਸ਼ੈਲ ਆਉਂਦਾ ਹੈ ਹੂੰ ਹੂੰ ਤੇ ਉਹ ਸ਼ੈਲਾ ਕੇ ਉਹ ਡਾਕਟਰ ਨੂੰ ਵੀ ਮਾਰ ਦਿੰਦਾ ਜੀ ਉਹਦੇ ਬਾਪ ਨੂੰ ਵੀ ਮਾਰ ਦਿੰਦਾ ਇੱਕ ਉਹਦਾ ਬਹਿਨ ਹੋਈ ਹੈ ਉਹਨੂੰ ਵੀ ਮਾਰ ਦਿੰਦਾ ਹੂੰ ਹੂੰ ਤੇ ਉਹਦਾ ਛੋਟੇ ਜਿਹੇ ਇੱਕ ਦੋ ਬੱਚੇ ਹੈ ਤੇ ਉਹਦੀ ਵਾਈਫ ਆ ਉਹ ਬੱਚੇ ਜੀ ਫਿਰ ਉਹਦੀ ਉਹ ਇੰਟਰਵਿਊ ਪ੍ਰਕਾਸ਼ਤ ਹੁੰਦੀ ਹੈ ਹੁਣ ਤੁਸੀਂ ਇਹ ਦੇਖੋ ਕਿ ਹਾਲਾਤ ਕੀ ਬੜੇ ਜਾਂਦੇ ਜਦੋਂ ਇਹੋ ਜਿਹੇ ਹਾਲਾਤ ਹੁਣ ਤੇ ਇਹਨਾਂ ਹਾਲਾਤਾਂ ਦੇ ਵਿੱਚ ਖਾੜੀ ਦੇ ਦੇਸ਼ ਵੀ ਸਾਰੇ ਇੱਕ ਮੁੱਠ ਹੋ ਗਏ ਇੱਕ ਮੁੱਠ ਹੋ ਗਏ ਬਿਲਕੁਲ ਉਹਨਾਂ ਨੇ ਸਟ੍ਰੈਟਜੀ ਇੱਕ ਵੱਖਰੀ ਬਣਾ ਲਈ ਕਿ ਜਿਹੜੇ ਸਿੱਧੀ ਲੜਾਈ ਨਹੀਂ ਲੜਦੇ ਉਹ ਹਥਿਆਰ ਤੇ ਪੈਸਾ ਪ੍ਰੋਵਾਈਡ ਕਰਨਗੇ ਜੀ ਤੇ ਜਿਹੜੇ ਲੜਾਈ ਲੜਨ ਵਾਲੇ ਉਹ ਲੜਾਈ ਲੜਨਗੇ ਹੁਣ ਜਿਹੜੇ ਇਹ ਦੇਸ਼ ਇਹਨਾਂ ਦੇ ਕੋਲੇ ਫਿਰ ਆਪੋ ਆਪਣੀਆਂ ਜਿਹੜੀਆਂ ਮਿਲਿਸ਼ੀਆ ਆਰਗੇਨਾਈਜੇਸ਼ਨਾਂ ਬਿਲਕੁਲ ਜਿਵੇਂ ਹੁਣ ਤੁਸੀਂ ਹਮਾਸ ਹੋ ਗਿਆ ਹੂੰ ਹੂੰ ਇਸ ਤਰ੍ਹਾਂ ਜਿਹੜੀ ਲਿਬਨਾਨ ਵਾਲਾ ਕੋਲੇ ਅਬਦੁੱਲਾਹ ਹੋ ਗਿਆ ਹੂੰ ਹੂੰ ਜ਼ਮਨ ਦੇ ਕੋਲੇ ਹੁਥੀ ਹੋ ਗਈ ਜੀ ਇਹ ਤਿੰਨ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਾਂ ਪਮਕੜ ਕਹਿ ਸਕਦੇ ਹਾਂ ਪਮਕੜ ਕਹਿ ਸਕਦੇ ਹਾਂ ਅੱਗ ਚ ਬਚਣ ਵਾਲੇ ਇਹ ਲੋਕ ਆ ਗਏ ਹੂੰ ਹੂੰ ਇਹਦੇ ਨਾਲ ਜਿਹੜੀ ਅਗਲੀ ਗੱਲ ਹੈਗੀ ਹੈ ਕਿ ਇੱਕ ਫਾਸਫੋਰਸ ਬੰਬ ਹੁੰਦੀ ਹੈ ਹੂੰ ਹੂੰ ਉਹ ਫਾਸਫੋਰਸ ਬੰਬ ਜਿਹੜੇ ਹੈਗੇ ਆ ਗਾਜ਼ਾ ਦੇ ਵਿੱਚ ਇਸਤੇਮਾਲ ਕੀਤੇ ਆ ਇਜ਼ਰਾਇਲੀ ਜੀ ਇਹਦੇ ਇਹ ਵਿੱਚ ਦੇ ਵਿੱਚ ਚਾਈਨਾ ਤੇ ਰਸ਼ੀਆ ਤੋਂ ਇਹਨਾਂ ਨੂੰ ਜਿਹੜੇ ਆ ਹੂੰ ਹੂੰ ਪਰਮਾਣੂ ਤਾਂ ਨਹੀਂ ਪਰ ਪਰਮਾਣੂ ਵਰਗੇ ਖਤਰਨਾਕ ਬੰਬ ਮਿਲ ਗਏ ਹੂੰ ਹੂੰ ਹੁਣ ਇਹ ਜਿਹੜਾ 10 ਆਰਗੇਨਾਈਜੇਸ਼ਨ ਜਿਹੜੀ ਹੁਥੀ ਹਮਾਸ ਤੇ ਅਬਦੁੱਲਾਹ ਹਮ ਇਹਨਾਂ ਨੇ ਯਾਕੇ ਐਕਸ਼ਨ ਅੰਦਰ ਕਰਨੇ ਸ਼ੁਰੂ ਕਰਤੇ ਜੀ ਇਸਰਾਇਲ ਦੇ ਅੰਦਰ ਹਮ ਹਮ ਔਰ ਇਸਰਾਇਲ ਦੇ ਵਿੱਚ ਉੱਥੇ ਜਿਹੜਾ ਹੈਗਾ ਲਗਭਗ ਲਗਭਗ ਪਰਮਾਣੂ ਬੰਬ ਵਰਗੀ ਸਥਿਤੀ ਅੰਦਰ ਵੀ ਬਣੀ ਹੋਈ ਹੈ ਹਮ ਹਮ ਔਰ ਇਸੇ ਵੇਲੇ ਜਸਟਨ ਟਰੂਡੋ ਹੋਰਾਂ ਨੇ ਕਹਿਤਾ ਵੀ ਯਾਰ ਹਸਤਾਲਾ ਦੇ ਤੇ ਹਮਲਾ ਬੰਦ ਕਰੋ ਹਮ ਹਮ ਤੇ ਉਹਨਾਂ ਨੇ ਰਿਫਿਊਜ਼ ਕਰਤਾ ਕਹਿੰਦੇ ਵੀ ਕਿਉਂ ਬੰਦ ਕਰੀਏ ਇਹਦੇ ਲਈ ਤਾਂ ਹਮਾਸ ਸੁਮੇਵਾਰ ਹੈ ਜੀ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਫਿਰ ਜਿਹੜੇ ਹੈਗੇ ਅਮਰੀਕਨ ਬੁਲਾਰਾ ਕਹਿੰਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਹਸਪਤਾਲਾਂ ਦੇ ਉੱਤੇ ਕੁਝ ਕੀਤਾ ਜਾਵੇ ਪਰ ਹਮਾਸ ਦਾ ਜਿਹੜਾ ਪ੍ਰਤੀਕਰਮ ਆ ਗਿਆ ਕਿ ਤੁਸੀਂ ਹੀ ਜ਼ਿੰਮੇਵਾਰ ਹੋ ਜੋ ਕੁਝ ਕਰਵਾ ਰਹੇ ਹੋ ਤੁਸੀਂ ਕਰਵਾਉਣੇ ਹੋ ਇਸ ਕਰਕੇ ਤੁਸੀਂ ਨਹੀਂ ਇਹਨਾਂ ਦਾ ਕਿਉਂਕਿ ਕਾਰੋਬਾਰ ਜਿਹੜਾ ਹੈਗਾ ਉੱਥੇ ਜਿਹੜੇ ਤੇਲਾਂ ਦੇ ਖੂਹ ਹੈ ਜੀ ਤੇਲ ਦੇ ਖੂਹਾਂ ਦੇ ਮਾਲਕ ਹੈਗੇ ਸ਼ੇਖ ਹੂੰ ਹੂੰ ਲੇਕਿਨ ਜਿਹੜੀ ਉੱਥੇ ਮਸ਼ੀਨਰੀ ਵਗੈਰਾ ਹੈਗਾ ਸਾਰੇ ਆਪਰੇਟਸ ਹੈ ਉਹ ਅਮਰੀਕੀ ਅਮਰੀਕਾ ਕਰਦਾ ਹੂੰ ਉਹ ਹੁਣ ਉਹ ਖਤਰੇ ਚ ਪੈ ਗਈ ਹੈ ਕਿਉਂਕਿ ਜੇ ਖਾੜੀ ਦੇ ਸਾਰੇ ਇੱਕ ਮੁੱਠ ਹੁੰਦੇ ਇਸ ਮੁੱਦੇ ਦੇ ਉੱਤੇ ਲਗਭਗ ਹੋ ਹੀ ਗਏ ਜੀ ਤਾਂ ਫਿਰ ਇਹਨਾਂ ਦੇ ਲਈ ਇੱਕ ਖਤਰਾ ਪੈਦਾ ਹੋਣੇ ਅਰ ਜਿਹੜੀ ਮੰਡੀ ਹੈ ਅਗਲੀ ਹੂੰ ਉਹ ਅਗਲੀ ਮੰਡੀ ਸੰਭਾਲਣ ਵਾਸਤੇ ਚైనా ਤਿਆਰ ਬੈਠਾ ਹੈ ਜੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਹੈ ਹੁਣ ਉਹ ਇਨਾਂ ਇਨਾਂ ਤੋਂ ਆਕੀ ਹੋ ਗਿਆ ਹੂੰ ਕਿ ਅਮਰੀਕਾ ਦੀ ਵੀ ਪ੍ਰਭਾ ਨਹੀਂ ਕਰ ਰਹੀਆ ਤੇ ਇਹਨਾਂ ਸਥਿਤੀਆਂ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਨੂੰ ਵੀ ਕੋਈ ਨਾ ਕੋਈ ਫੈਸਲਾ ਲੈਣਾ ਪੈਣਾ ਹੈ ਜੀ ਵੈਸੇ ਏਸ਼ੀਆ ਦਾ ਕੋਈ ਵੀ ਮੁਲਕ ਇਸ ਵੇਲੇ ਉਹਦੇ ਨਾਲ ਨਹੀਂ ਨਹੀਂ ਖੜਾ ਔਰ 145 ਮੂਲਕਾਂ ਨੇ UNO ਦੇ ਖਿਲਾਫ ਵੋਟ ਪਾਈ ਹੈ ਇਜ਼ਰਾਈਲ ਦੇ ਖਿਲਾਫ ਪੰਜ ਚਾਰਖ ਦੇਸ਼ ਹੈ ਮੈਨੂੰ ਲੱਗਦੀ ਹੈ ਪਹਿਜੂਗਾ ਤੇ ਨਹੀਂ ਫਿਰ ਸੰਸਾਰ ਜੰਗ ਵਾਲੇ ਪਾਸੇ ਨੂੰ ਗੱਲਬਾਤ ਜਾਣੀ ਗੱਲਬਾਤ ਜਾਣੀ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ Facebook ਪੇਜ ਅਤੇ YouTube ਦੇ ਉੱਤੇ ਕਮੈਂਟ ਜ਼ਰੂਰ ਕਰਨਾ ਸਾਨੂੰ ਦੇ ਇਜਾਜ਼ਤ ਕੱਲ ਨੂੰ ਫਿਰ ਮੁਲਕਾਂ